ਨਮਸਕਾਰ, ਸਤਿ ਸ਼੍ਰੀ ਅਕਾਲ। ਤੁਹਾਡਾ ਸਭ ਦਾ ਹੈਲੋ ਗਲੋਬਲ ਪੰਜਾਬ ਸ਼ੋਅ 'ਚ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਇੰਡੀਆ ਦੇ ਕਾਨੂੰਨ ਯਾਨੀ ਲੀਗਲ ਸਿਸਟਮ ਬਾਰੇ। ਇਹ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਵੱਡੇ ਅਤੇ ਅਹਿਮ ਕੇਸਾਂ ਦੇ ਵਿੱਚ ਗਵਾਹ ਮੁਕਰਨ ਕਰਕੇ ਲੋਕ ਇਨਸਾਫ ਤੋਂ ਵਾਂਝੇ ਰਹਿ ਜਾਂਦੇ ਨੇ। ਇਹ ਕਿਉਂ ਹੋ ਰਿਹਾ, ਇਸ ਦਾ ਕੀ ਕਾਰਨ ਹੈ, ਇਸ ਮਸਲੇ 'ਤੇ ਅਸੀਂ ਤੁਹਾਡੇ ਵਿਚਾਰ ਵੀ ਜਾਣਨੇ ਚਾਹਾਂਗੇ। ਪਰ ਉਸ ਤੋਂ ਪਹਿਲਾਂ ਮੈਂ ਅੱਜ ਵੀ ਦੱਸ ਦੇਵਾਂ ਕਿ ਤੁਸੀਂ ਇਸ ਸ਼ੋਅ ਨੂੰ ਨੌਰਥ ਅਮਰੀਕਾ ਦੇ ਪੈਸਿਫਿਕ ਟਾਈਮ ਮੁਤਾਬਿਕ ਸ਼ਾਮ ਸਾਢੇ 5 ਵਜੇ ਅਤੇ ਈਸਟਰਨ ਟਾਈਮ ਮੁਤਾਬਿਕ ਸ਼ਾਮੀ ਸਾਢੇ 8 ਵਜੇ ਲਾਈਵ ਮੰਡੇ ਤੋਂ ਫਰਾਈਡੇ ਦੇਖ ਸਕਦੇ ਹੋ। ਇਸ ਸ਼ੋਅ ਦੇ ਕੁਝ ਰਿਪੀਟ ਸ਼ੋਅ ਵੀ ਹੁੰਦੇ ਨੇ ਜਦੋਂ ਤੁਸੀਂ ਸਿਰਫ ਪੁਰਾਣੀ ਰਿਕਾਰਡਿੰਗ ਹੀ ਸੁਣ ਸਕਦੇ ਜੇ, ਉੱਪਰ ਲਿਖਿਆ ਹੁੰਦਾ ਰਿਕਾਰਡਡ। ਜੇ ਤੁਸੀਂ ਪੁਰਾਣੇ ਸ਼ੋਅ ਦੇਖਣੇ ਹੋਣ ਤਾਂ ਉਹ ਯੂਟਿਊਬ 'ਤੇ ਉਪਲਬਧ ਨੇ। ਅੱਜ ਦੇ ਮਸਲੇ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਅਪਡੇਟ ਦੇਣੀ ਚਾਹੁੰਦਾ। ਸੂਰਜ ਸਿੰਘ ਖਾਲਸਾ ਜੋ ਪਿਛਲੇ 190 ਦਿਨਾਂ ਤੋਂ ਭੁੱਖ ਹੜਤਾਲ 'ਤੇ ਨੇ, ਉਹਨਾਂ ਦੀ ਬੁੱਧਵਾਰ ਨੂੰ ਹਾਲਤ ਵਿਗੜ ਗਈ ਸੀ। ਉਹ ਥੋੜ੍ਹੀ ਦੇਰ ਲਈ ਬੇਹੋਸ਼ ਵੀ ਹੋ ਗਏ ਸਨ। ਹਸਪਤਾਲ ਦੇ ਵਿੱਚ ਹੀ ਪੁਲਿਸ ਨੇ ਦਖਲ ਦੇ ਕੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਕਮਰੇ ਤੋਂ ਬਾਹਰ ਕੱਢ ਦਿੱਤਾ ਅਤੇ ਡਾਕਟਰਾਂ ਵੱਲੋਂ ਉਹਨਾਂ ਨੂੰ ਜ਼ਬਰੀ ਡ੍ਰਿਪ ਲਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਬਾਅਦ ਦੇ ਵਿੱਚ ਸ਼ਾਇਦ ਡ੍ਰਿਪ ਲਾ ਵੀ ਦਿੱਤੀ ਗਈ ਹੈ। ਇਸ ਕਰਕੇ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰ ਜਿੱਥੇ ਉਹ ਉਸ ਵੇਲੇ ਦਾਖਲ ਸਨ, ਉੱਥੇ ਕਾਫੀ ਤਣਾਅ ਦਾ ਮਾਹੌਲ ਜਿਹੜਾ ਵਾ, ਟੈਨਸ਼ਨ ਉੱਥੇ ਕਾਫੀ ਹੋ ਗਈ ਸੀ। ਇਨਫੈਕਟ ਉਹਨਾਂ ਨੂੰ ਉਸ ਤੋਂ ਬਾਅਦ ਦਯਾਨੰਦ ਮੈਡੀਕਲ ਕਾਲਜ ਲੁਧਿਆਣਾ ਦੇ ਵਿੱਚ ਉੱਥੋਂ ਸ਼ਿਫਟ ਕਰ ਦਿੱਤਾ ਗਿਆ ਹੈ। ਸੁਣਿਆ ਹੈ ਕਿ ਜੇ ਉੱਥੇ ਵੀ ਉਹਨਾਂ ਦੀ ਹਾਲਤ ਇਸੇ ਤਰ੍ਹਾਂ ਹੀ ਰਹੀ ਤਾਂ ਸ਼ਾਇਦ ਉਹਨਾਂ ਨੂੰ ਚੰਡੀਗੜ੍ਹ PGI ਦੇ ਵਿੱਚ ਵੀ ਲਿਆਂਦਾ ਜਾ ਸਕਦਾ ਹੈ। ਦੇਖੋ ਅਗਲੇ ਦਿਨਾਂ 'ਚ ਕੀ ਬਣਦਾ ਹੈ। ਹੁਣ ਅੱਜ ਦਾ ਮਸਲਾ ਇਹ ਦੇਖਿਆ ਗਿਆ ਹੈ ਕਿ ਸਾਡੇ ਇੱਥੇ ਬਹੁਤ ਸਾਰੇ ਜਿਹੜੇ ਅਹਿਮ ਕੇਸਾਂ ਦੇ ਵਿੱਚ ਮੌਕੇ 'ਤੇ ਆ ਕੇ ਗਵਾਹ ਮੁਕਰ ਜਾਂਦੇ ਨੇ, ਇਸ ਕਰਕੇ ਕੇਸ ਫੇਲ ਹੋ ਜਾਂਦੇ ਨੇ। ਆਮ ਤੌਰ 'ਤੇ ਮੁਜਰਿਮ ਇਸ ਕਰਕੇ ਬਰੀ ਹੋ ਜਾਂਦੇ ਆ ਜਾਂ ਉਹਨਾਂ ਕੇਸਾਂ ਦੇ ਜਿਹੜੇ ਮੁੱਖ ਦੋਸ਼ ਆ ਉਹਨਾਂ ਤੋਂ ਉਹ ਮੁਕਤ ਹੋ ਜਾਂਦੇ ਨੇ। ਇਹ ਕਈ ਚਿਰਾਂ ਤੋਂ ਹੋ ਰਿਹਾ, ਇਸ ਕਰਕੇ ਜੱਜ ਸਾਹਿਬਾਨ, ਵਕੀਲ ਅਤੇ ਆਮ ਲੋਕ ਜਿਹੜੇ ਆ ਉਹ ਵੀ ਕਾਫੀ ਪਰੇਸ਼ਾਨ ਨੇ। ਇਹਦਾ ਕੋਈ ਖਾਸ ਹੱਲ ਹਾਲੇ ਤੱਕ ਲੱਭਿਆ ਨਹੀਂ ਗਿਆ। ਕੁਝ ਮਾੜੀਆਂ ਮੋਟੀਆਂ ਕਾਨੂੰਨ ਦੇ ਵਿੱਚ ਚੇਂਜਿਸ ਜ਼ਰੂਰ ਕੀਤੀਆਂ ਗਈਆਂ ਵਾ, ਪਰ ਇਹਦਾ ਕੋਈ ਖਾਸ ਹੱਲ ਲੱਭਿਆ ਨਹੀਂ ਗਿਆ। ਕਤਲ ਦੇ ਅਤੇ ਵੱਡੇ ਭ੍ਰਿਸ਼ਟਾਚਾਰ ਦੇ ਕੇਸਾਂ 'ਚ ਗਵਾਹੀ ਦੇਣ ਤੋਂ ਅਤੇ ਆਪਣੇ ਬਿਆਨਾਂ ਤੋਂ ਮੁਕਰਨ ਦੀ ਵੱਧ ਤੋਂ ਵੱਧ ਸਜ਼ਾ IPC ਯਾਨੀ ਇੰਡੀਅਨ ਪੀਨਲ ਕੋਡ ਦੇ ਤਹਿਤ 7 ਸਾਲ ਹੈ। ਪਰ ਇਹ ਬਹੁਤ ਘੱਟ ਲੋਕਾਂ ਨੂੰ 7 ਸਾਲ ਦੀ ਜਿਹੜੀ ਸਜ਼ਾ ਵਾ ਉਹ ਦਿੱਤੀ ਜਾਂਦੀ ਆ। ਸ਼ਾਇਦ ਇਸੇ ਕਰਕੇ ਇਹ ਗਵਾਹਾਂ ਦਾ ਮੁਕਰਨ ਦਾ ਸਿਲਸਿਲਾ ਜਿਹੜਾ ਵਾ ਇਹ ਲਗਾਤਾਰ ਜਾਰੀ ਹੈ, ਲਗਾਤਾਰ ਚੱਲ ਰਿਹਾ। ਇਹ ਵਿਸ਼ਾ ਮੈਂ ਇਸ ਕਰਕੇ ਅੱਜ ਲੈ ਕੇ ਆਇਆ ਵਾਂ ਕਿਉਂਕਿ ਸਿਰਫ 3 ਕੁ ਦਿਨ ਪਹਿਲਾਂ ਲੁਧਿਆਣਾ ਦੇ ਇੱਕ ਝੂਠੇ ਪੁਲਿਸ ਮੁਕਾਬਲੇ 'ਚ ਇਹਦੇ 'ਚ ਵੀ 2 ਅਹਿਮ ਗਵਾਹ ਜਿਹੜੇ ਆ ਉਹ ਮੁਕਰ ਗਏ ਨੇ। ਤੁਹਾਨੂੰ ਯਾਦ ਹੋਊ ਲੁਧਿਆਣਾ 'ਚ ਇਸ ਮੁਕਾਬਲੇ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਭਰਾ ਹਰਿੰਦਰ ਸਿੰਘ ਅਤੇ ਜਤਿੰਦਰ ਸਿੰਘ ਦੀ ਸਤੰਬਰ 27, 2014 ਨੂੰ ਮੌਤ ਹੋ ਗਈ ਸੀ। ਪਹਿਲਾਂ ਤਾਂ ਪੁਲਿਸ ਨੇ ਇਸ ਨੂੰ ਦੱਸਿਆ ਸੀ ਵੀ ਇੱਕ ਮੁਕਾਬਲਾ, ਪੁਲਿਸ ਮੁਕਾਬਲੇ 'ਚ ਦੋਵੇਂ ਮਾਰੇ ਗਏ, ਪਰ ਬਾਅਦ 'ਚ ਉੱਥੋਂ ਲੋਕਾਂ ਦਾ ਜਿਹੜਾ ਦਬਾਅ ਪਿਆ ਉਹਦੇ ਕਰਕੇ ਇੱਕ ਇਨਕੁਆਇਰੀ ਹੋਈ, ਜਾਂਚ ਹੋਈ, ਜਿਸ ਤਹਿਤ ਇਹ ਇੱਕ ਝੂਠਾ ਪੁਲਿਸ ਮੁਕਾਬਲਾ ਨਿਕਲਿਆ। ਇਸ ਕੇਸ 'ਚ 3 ਪੁਲਿਸ ਕਰਮੀ ਜਿਹੜੇ ਇਨਵੋਲਵ ਸਨ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਅਤੇ ਇੱਕ ਅਕਾਲੀ ਦਲ ਦੀ ਇੱਕ ਔਰਤ ਸਰਪੰਚ ਦਾ ਜਿਹੜਾ ਪਤੀ ਆ ਗੁਰਜੀਤ ਸਿੰਘ, ਉਹਨੇ ਆਪਣੇ ਪਿਸਤੌਲ ਨਾਲ ਗੋਲੀਆਂ ਚਲਾਈਆਂ ਸਨ। ਉਹਦੇ ਨਾਲ ਹੀ ਇਹ ਭਰਾ ਜਿਹੜੇ ਸੀ ਮਾਰੇ ਗਏ ਸੀ, ਉਸ ਨੂੰ ਹਿਰਾਸਤ 'ਚ ਉਸ ਵੇਲੇ ਲੈ ਲਿਆ ਗਿਆ ਸੀ। ਇੰਝ ਲੱਗ ਰਿਹਾ ਸੀ ਕਿ ਇਸ ਝੂਠੇ ਪੁਲਿਸ ਮੁਕਾਬਲੇ ਦਾ ਕਾਰਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲੇਗੀ, ਲੇਕਿਨ ਕੁਝ ਦਿਨ ਪਹਿਲਾਂ ਉਸ ਘਰ ਦੀ ਜਿਹੜੀ ਮਾਲਕ ਆ
ਜਿੱਥੇ ਮੁਕਾਬਲਾ ਹੋਇਆ ਸੀ, ਜਿਹਨੇ ਪਹਿਲਾਂ ਗਵਾਹੀ ਦਿੱਤੀ ਸੀ ਵੀ ਉਹਦੇ ਘਰ ਦੇ ਵਿੱਚ ਇਹ ਕੁਝ ਹੋਇਆ, ਹਰਪ੍ਰੀਤ ਕੌਰ ਸ਼ਦ ਦਾ ਨਾਮ ਆ, ਉਹ ਮੁੱਕਰ ਗਈ। ਫਿਰ ਇੱਕ ਹੋਰ ਗਵਾਹ ਹੈਰੀ ਵਰਮਾ, ਉਹਨੇ ਵੀ ਉਦੋਂ ਗਵਾਹੀ ਦਿੱਤੀ ਸੀ ਵੀ ਉਹਨੇ ਕੀ ਕੁਝ ਵੇਖਿਆ ਉੱਥੇ। ਉਹਨੇ ਗੱਡੀ ਵੀ ਪਛਾਣੀ ਸੀ ਵੀ ਆਹ ਗੱਡੀ 'ਚ ਆਏ ਸੀ, ਇੱਕ ਸਕਾਰਪੀਓ ਸੀ, ਇੱਕ ਇਨੋਵਾ ਸੀ, ਪਰ ਉਹ ਵੀ ਹੁਣ ਆਪਣੇ ਬਿਆਨਾਂ ਤੋਂ ਭੱਜ ਗਏ ਨੇ। ਇਸ ਹੈਰੀ ਵਰਮਾ ਨੇ ਕਿਹਾ ਕਿ ਉਹ ਪੁਲਿਸ ਮੁਲਾਜ਼ਮਾਂ ਨੂੰ ਅਤੇ ਸਰਪੰਚ ਦੀ ਗੱਡੀ ਨੂੰ, ਸ਼ਾਇਦ ਇਨੋਵਾ ਗੱਡੀ ਸੀ, ਉਹਨੂੰ ਉਹ ਨਹੀਂ ਪਛਾਣਦਾ। ਉਹਨੂੰ ਇਹ ਵੀ ਯਾਦ ਨਹੀਂ ਵੀ ਇਹ ਇਨੋਵਾ ਗੱਡੀ ਆਈ ਵੀ ਸੀ ਉੱਥੇ ਕਿ ਨਹੀਂ ਆਈ ਸੀ। ਸੋ ਇੰਝ ਲੱਗ ਰਿਹਾ ਕਿ ਇਹ ਕੇਸ ਫੇਲ ਹੋਣ ਵੱਲ ਜਾ ਰਿਹਾ। ਇਹੋ ਹੀ ਕੁਝ ਹੋਇਆ ਸੀ ਅੰਮ੍ਰਿਤਸਰ, ਜਿਹੜਾ ਜੱਸੀ ਕੇਬਲ ਓਪਰੇਟਰ ਦਾ ਜਿਹੜਾ ਖੁਦਕੁਸ਼ੀ ਕੇਸ ਸੀ, 30 ਮਾਰਚ ਨੂੰ ਇਹ ਸ਼ਾਇਦ ਕੇਸ ਹੋਇਆ ਸੀ। ਜਸਵਿੰਦਰ ਸਿੰਘ ਜੱਸੀ ਨਾਂ ਦੇ ਕੇਬਲ ਓਪਰੇਟਰ ਨੇ ਪੰਜਾਬ ਦੇ ਕੇਬਲ ਮਾਫੀਆ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਸੀ। ਜਿੱਥੇ ਉਸਨੇ ਖੁਦਕੁਸ਼ੀ ਕੀਤੀ ਸੀ ਉੱਥੇ ਬਹੁਤ ਸਾਰੇ ਜੱਜ ਸਾਹਿਬਾਨ ਵੀ ਹਾਜ਼ਰ ਸਨ। ਪੰਜਾਬ ਸਰਕਾਰ ਨੇ ਇਸ ਕੇਸ ਦੀ ਇਨਕੁਆਇਰੀ ਵਾਸਤੇ SIT ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਤਾਂ ਕਰਤਾ, ਪਰ ਇਹਨਾਂ ਹਾਜ਼ਰ ਜੱਜ ਸਾਹਿਬਾਨ ਦੇ ਬਿਆਨ ਨਹੀਂ ਲੈ ਗਏ। ਸੋ ਉਹਨਾਂ ਦੇ ਕਿਉਂਕਿ ਬਿਆਨ ਨਹੀਂ ਲੈ ਗਏ ਸੀ, ਇਹ ਸਾਰਾ ਜਿਹੜਾ ਕੇਸ ਸੀ, ਇਹ ਖੁਦਕੁਸ਼ੀ ਕਰਨ ਵਾਲੇ ਜੱਸੀ ਦੀ ਘਰਵਾਲੀ ਬਲਬੀਰ ਕੌਰ 'ਤੇ ਮੁਨਸਰ ਸੀ। ਥੋੜ੍ਹੇ ਦਿਨ ਪਹਿਲਾਂ ਉਦੋਂ ਤਾਂ ਉਹ ਕਾਫੀ ਉਹਨਾਂ ਨੂੰ ਵਿਰਲਾਪ ਕਰਦਿਆਂ ਦਿਖਾਇਆ ਗਿਆ, ਕਾਫੀ ਬਿਆਨ ਵੀ ਦਿੱਤੇ ਉਹਨਾਂ ਨੇ ਵੀ ਕਿਵੇਂ ਉਹਨਾਂ ਦੀ ਪਰਿਵਾਰ ਨੂੰ ਹਰੈਸ ਕੀਤਾ ਜਾ ਰਿਹਾ ਸੀਗਾ। ਪਰ ਥੋੜ੍ਹੇ ਦਿਨ ਬਾਅਦ ਇਹ ਮਾਰਚ 30 ਦਾ ਵਾਕਿਆ ਵਾ, ਅਪ੍ਰੈਲ ਦੇ ਮਿਡਲ ਦੇ ਵਿੱਚ ਜਾਂ ਅਖੀਰ ਦੇ ਵਿੱਚ ਬਲਬੀਰ ਕੌਰ ਨੇ ਵੀ ਗਵਾਹੀ ਦੇਣ ਵਾਲੀ ਕਚਹਿਰੀ ਦੇ ਵਿੱਚ ਕਹਿ ਦਿੱਤਾ ਕਿ ਉਹ ਆਪਣੇ ਪਤੀ ਦੀ ਮੌਤ ਵਾਸਤੇ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਉਂਦੇ। ਉਸਨੇ ਬਾਅਦ 'ਚ ਜਿਹੜੀ ਬਲਬੀਰ ਕੌਰ ਹੈ, ਜੱਸੀ ਦੀ ਜਿਹੜੀ ਵਾਈਫ ਆ, ਉਹ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਅੰਡਰਗਰਾਊਂਡ ਹੋ ਗਈ। ਸੋ ਇਹ ਕੇਸ ਵੈਸੇ ਚੱਲ ਤਾਂ ਰਿਹਾ ਵਾ, ਪਰ ਇਸ ਗਵਾਹੀ ਦੇ ਮੱਦੇਨਜ਼ਰ ਜਿਹੜੀ ਬਲਬੀਰ ਕੌਰ ਨੇ ਬਾਅਦ 'ਚ ਗਵਾਹੀ ਦਿੱਤੀ ਆ, ਇਹ ਨਹੀਂ ਲੱਗਦਾ ਵੀ ਇਹ ਕਿਸੇ ਸਿਰੇ ਇਹ ਕੇਸ ਜਿਹੜਾ ਵਾ ਚੜੂਗਾ। ਇਹ ਗਵਾਹਾਂ ਦੇ ਮੁਕਰਨ ਦਾ ਸਿਲਸਿਲਾ ਸਿਆਸੀ ਕੇਸਾਂ 'ਚ ਖਾਸ ਕਰਕੇ ਨਜ਼ਰ ਆਉਂਦਾ। ਤੁਹਾਨੂੰ ਯਾਦ ਹੋਊਗਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਹੋਰ ਪਰਿਵਾਰ ਦੇ ਮੈਂਬਰਾਂ ਖਿਲਾਫ਼ 2002-3 ਦੇ ਵਿੱਚ ਇਹ ਕੇਸ ਦਰਜ ਹੋਇਆ ਸੀ। ਉਹਨਾਂ ਖਿਲਾਫ਼ ਭ੍ਰਿਸ਼ਟਾਚਾਰ ਦੇ ਗੰਭੀਰ ਆਰੋਪ ਸਨ। ਬਾਅਦ 'ਚ ਜਦੋਂ 2007 'ਚ ਬਾਦਲ ਸਰਕਾਰ ਸੱਤਾ 'ਚ ਆ ਗਈ ਸੀ, ਮੁੜ ਸੱਤਾ 'ਚ ਆ ਗਈ ਸੀ, ਤਾਂ ਇਹ ਇੱਕ ਇੱਕ ਕਰਕੇ ਸਾਰੇ ਗਵਾਹ ਜਿਹੜੇ ਆ ਮੁੱਕਰ ਗਏ। ਸਰਕਾਰੀ ਗਵਾਹ, ਪੁਲਿਸ ਦੇ ਅਫਸਰ ਸਾਰੇ ਮੁੱਕਰ ਗਏ। ਜਿਹੜੇ ਲੋਕਾਂ ਨੇ ਜਿਹੜਾ ਇਨਵੈਸਟੀਗੇਟਿੰਗ ਅਫਸਰ ਸੀ ਸੁਰਿੰਦਰਪਾਲ ਸਿੰਘ, ਉਹਦਾ ਸੀਨੀਅਰ ਸੀਗਾ DK ਉੱਪਲ, ਅਤੇ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਅਫਸਰ ਸੀ ADGP ਸਿਧਾਰਥ ਚੱਤੋਪਾਧਿਆਏ, ਉਹ ਵੀ ਇਹ ਸਾਰੇ ਸ਼ਾਮਿਲ ਸਨ ਜਿਹੜੇ ਲੋਕ ਆਪਣੇ ਬਿਆਨਾਂ ਦੇ ਵਿੱਚ ਥਿੜਕੇ। ਬਾਦਲ ਸਾਹਿਬ ਅਤੇ ਉਹਨਾਂ ਦਾ ਪਰਿਵਾਰ ਇਸ ਕੇਸ 'ਚ ਬਾ ਇੱਜ਼ਤ ਬਰੀ ਹੋ ਗਿਆ ਸੀ। 2010 'ਚ ਮੋਹਾਲੀ ਦੀ ਇੱਕ ਕਚਹਿਰੀ ਨੇ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਉਹ ਤਿੰਨੇ IPS ਅਫਸਰ ਖਿਲਾਫ਼ ਜਿਹੜੇ ਆਪਣੀ ਗਵਾਹੀ ਤੋਂ ਮੁਕਰੇ ਸਨ, ਉਹਨਾਂ ਖਿਲਾਫ਼ ਕਾਰਵਾਈ ਕੀਤੀ ਜਾਏ। ਇਹਦੇ 'ਚ ਇਨਵੈਸਟੀਗੇਟਿੰਗ ਅਫਸਰ ਸੁਰਿੰਦਰਪਾਲ ਸਿੰਘ ਅਤੇ ਜਿਹੜੇ ਸੁਪਰਵਾਈਜ਼ਰੀ ਅਫਸਰ ਸੀਗੇ ਉੱਪਲ, ਉਹਨਾਂ ਦੇ ਖਿਲਾਫ਼ ਉਹਨਾਂ ਕਿਹਾ ਵੀ ਕਾਰਵਾਈ ਕੀਤੀ ਜਾਏ। ਇਹ ਅਫਸਰ ਹਾਈਕੋਰਟ ਚਲੇ ਗਏ ਜਿੱਥੇ ਉਹਨਾਂ ਨੂੰ ਸਟੇਅ ਮਿਲ ਗਿਆ। ਸੋ ਰਿਜ਼ਲਟ ਇਹ ਹੋਇਆ ਕਿ ਇਹ ਮਾਮਲਾ ਵੀ ਠੱਪ, ਇੱਕ ਤਰੀਕੇ ਨਾਲ ਠੱਪ ਹੀ ਪਿਆ ਵਾ। ਇਹ ਸਭ ਦਾ ਕੀ ਇਲਾਜ ਆ? ਗਵਾਹਾਂ ਦੇ ਮੁਕਰਨ ਤੋਂ ਆਪਾਂ ਗਵਾਹਾਂ ਨੂੰ ਮੁਕਰਨ ਤੋਂ ਕਿਵੇਂ ਰੋਕਿਆ ਜਾ ਸਕਦਾ ਵਾ? ਬਾਹਰਲੇ ਮੁਲਕਾਂ 'ਚ ਕੀ ਸਿਸਟਮ ਆ? ਇਸ ਸਭ ਬਾਰੇ ਅਸੀਂ ਤੁਹਾਡੇ ਵਿਚਾਰ ਵੀ ਸਾਂਝੇ ਕਰਾਂਗੇ। ਕੁਝ ਸੱਜਣ ਸਾਡੇ ਨਾਲ ਆਲਰੇਡੀ ਜੁੜ ਗਏ ਆ, ਦੇਖਦੇ ਹਾਂ ਉਹਨਾਂ ਦਾ ਕੀ ਵਿਚਾਰ ਹੈ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਚੰਦਰ ਸਾਹਿਬ, ਝੁੱਟੀ ਬੋਲਦਾ। ਹਾਂਜੀ ਝੁੱਟੀ ਜੀ, ਸਤਿ ਸ਼੍ਰੀ ਅਕਾਲ, ਦੱਸੋ ਕੀ ਵਿਚਾਰ ਹੈ ਤੁਹਾਡਾ ਇਸ ਮਸਲੇ 'ਤੇ? ਸੰਧੂ ਸਾਹਿਬ, ਅਸਲ ਤਾਂ ਗੱਲ ਇਹ ਆ ਵੀ ਅਸੀਂ ਸਾਰੇ ਭ੍ਰਿਸ਼ਟ ਹੋ ਗਏ ਹਾਂ, ਅਸੂਲ ਤੋਂ ਵਿਰੁੱਧ ਹੋ ਗਏ ਹਾਂ, ਕੋਈ ਸਾਡੇ ਅਸੂਲ ਨਹੀਂ ਰਹੇ। ਕੋਈ ਗਵਾਹ ਬਣ ਵੀ ਜਾਂਦਾ ਆ, ਦੂਸਰੇ ਪਾਸੇ ਕੋਈ ਪਾਵਰਫੁਲ ਬੰਦਾ, ਚਾਹੇ ਤਾਂ ਤਾਕਤ ਦੇ ਨਾਲ ਉਹਨੂੰ ਬਿਠਾਉਣ ਦਾ, ਚਾਹੇ ਪੈਸੇ ਦੇ ਕੇ ਬਿਠਾਉਣ ਦਾ,
ਜੀ ਦੋ ਕੇਸਾਂ 'ਚ ਹੋਇਆ, ਦੇਖੋ ਦਿੱਲੀ 'ਚ ਕਿਸ ਤਰ੍ਹਾਂ ਹੋਇਆ, 84 ਦੰਗੇ ਹੋਏ, ਸ਼ਰਿਆਂ ਲੋਕੀ ਮਾਰੇ ਗਏ, ਵੱਡੇ ਵੱਡੇ ਬੰਦਿਆਂ ਨੇ ਗਵਾਹ ਸਾਡੇ ਸਿੱਖਾਂ ਦੇ ਗਵਾਹ ਮੁਕਰਾ ਤੇ ਪੈਸੇ ਨਾਲ ਜਾਂ ਤਾਕਤ ਦੇ ਨਾਲ, ਤੇ ਇਨਸਾਨੀਅਤ ਨਹੀਂ ਰਹੀ। ਉਹੋ ਹੀ ਸਾਹਿਬ ਸੰਧੂ ਸਾਹਿਬ, ਤੁਸੀਂ ਬਾਦਲ ਸਾਹਿਬ ਦੀ ਗੱਲ ਕੀਤੀ ਆ, ਇਹਨਾਂ ਨੇ ਹੋ ਸਕਦਾ ਅੰਦਰ ਹੁੰਦੇ ਜਿੱਦਾਂ ਕੇਸ ਇਹਨਾਂ ਦੇ ਵਿਰੁੱਧ ਬੜੇ ਸੀਗੇ, ਪਰ ਪਾਵਰ 'ਚ ਆਏ ਇਹਨਾਂ ਨੇ ਉਹ ਜਿੰਨੇ ਵੀ ਗਵਾਹ ਉਹ ਪਤਾ ਨੀ ਕਿੱਧਰ ਉੱਡ ਗਏ, ਇਹਨਾਂ ਨੇ ਵੀ ਉਹੀ ਚੀਜ਼ ਵਰਤੀ ਆ, ਤਾਕਤ ਔਰ ਪੈਸਾ ਜੀ। ਤੇ ਕੋਈ ਸਿਸਟਮ ਬਣਨਾ ਚਾਹੀਦਾ, ਮੈਂ ਸੋਚਦਾ ਸਾਡੀ ਜੁਡੀਸ਼ਰੀ ਵੀ ਆ ਇਹ ਵੀ ਕਰਪਟ ਹੋ ਗਈ ਆ, ਇਹ ਵੀ ਕੋਈ ਚੰਗਾ ਸਿਸਟਮ ਨਹੀਂ ਬਣਾ ਸਕੀ ਵੀ ਜੇ ਕੋਈ ਗਵਾਹ ਬਣ ਗਿਆ ਆ ਉਹਨੂੰ ਤਕੜੀ ਸਜ਼ਾ ਹੋਣੀ ਚਾਹੀਦੀ, ਗਵਾਹ ਮੁੱਕਰ ਕਿਉਂ ਜਾਵੇ ਜੇ ਇੱਕ ਵਾਰੀ ਗਵਾਹ ਬਣ ਗਿਆ। ਪਰ ਛੁੱਟੀ ਜੀ ਤੁਹਾਨੂੰ ਲੱਗਦਾ ਵਾ, ਦੇਖੋ ਆਪਾਂ ਭਾਵੇਂ ਸਰਕਾਰਾਂ ਨੂੰ ਬਲੇਮ ਕਰ ਦਈਏ, ਸਿਸਟਮ ਨੂੰ ਬਲੇਮ ਕਰ ਦਈਏ, ਜੁਡੀਸ਼ਰੀ ਨੂੰ ਬਲੇਮ ਕਰ ਦਈਏ, ਪਰ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀ ਇਨਸਾਨ ਦੀ ਕਮਜ਼ੋਰੀ ਆ ਇਹ ਸਭ ਦੇ ਵਿੱਚ ਉਹ ਸਾਹਮਣੇ ਆ ਰਹੀ ਆ? ਹਾਂਜੀ ਝੂਠੀ ਜੀ। ਹਾਂ ਸੰਧੂ ਸਾਹਿਬ, ਮੈਂ ਤਾਂ ਪਹਿਲੇ ਗੱਲ ਕੀਤੀ ਸਾਡੀ ਇਨਸਾਨੀਅਤ ਖਤਮ ਹੋ ਗਈ ਆ ਸਾਡੀ, ਮੈਂ ਤਾਂ ਪਹਿਲੇ ਗੱਲ ਕੀਤੀ ਸੰਧੂ ਸਾਹਿਬ, ਇਹੋ ਬਿਲਕੁਲ ਇਨਸਾਨੀਅਤ ਨਹੀਂ ਰਹੀ ਸਾਡੇ 'ਚ। ਬਿਲਕੁਲ 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 ਇਨਸਾਨੀਅਤ ਨਹੀਂ ਗਈ। ਝੂਠੀ ਜੀ ਕੀ ਲੱਗਦਾ ਕੀ ਕਰਨ ਦੀ ਲੋੜ ਆ ਸਾਨੂੰ? ਦੇਖੋ ਇਨਸਾਨੀਅਤ ਤਾਂ ਹੁੰਦੀ ਆ, ਦੇਖੋ ਗਰੀਬ ਬੰਦਾ ਹੋਵੇ ਕੋਈ ਜਾਂ ਕਿੱਦਾਂ, ਉਹਦੇ 'ਚ ਇਨਸਾਨੀਅਤ ਖਤਮ ਹੋ ਜਾਂਦੀ। ਲੋਕਾਂ ਦੀ ਮਾਲੀ ਹਾਲਤ ਬੜੀ ਚੰਗੀ ਹੋਣੀ ਚਾਹੀਦੀ ਆ, ਉਹਦੇ ਵਾਸਤੇ ਸਰਕਾਰਾਂ ਨੂੰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ, ਐਜੂਕੇਸ਼ਨ ਹੋਵੇ, ਮਾਲੀ ਹਾਲਤ ਹੋਵੇ, ਲੋਕਾਂ ਦੇ ਅਸੂਲ ਵਧੀਆ ਹੋ ਜਾਂਦੇ ਹੁੰਦੇ ਆ। ਇਹ ਬਿਲਕੁਲ ਠੀਕ ਆ, ਬਿਲਕੁਲ ਠੀਕ ਆ। ਸ਼ਾਇਦ ਇਹੋ ਹੀ ਵਜ੍ਹਾ ਵਾ ਕਿ ਜਿਵੇਂ ਸਾਡੇ ਇੱਥੇ ਗਵਾਹ ਮੁੱਕਰ ਜਾਂਦੇ ਆ ਬਾਹਰਲੇ ਮੁਲਕਾਂ ਦੇ ਵਿੱਚ, ਸ਼ਾਇਦ ਉਹ ਨਹੀਂ ਮੁੱਕਰਦੇ ਕਿਉਂਕਿ ਲੋਕਾਂ ਦੀ ਮਾਲੀ ਹਾਲਤ ਜਿਹੜੀ ਆ ਉਹ ਬਿਹਤਰ ਆ। ਉਹਨਾਂ ਨੂੰ ਕੋਈ 1 ਲੱਖ ਰੁਪਈਆ, 5 ਲੱਖ ਰੁਪਈਆ, 1 ਕਰੋੜ ਰੁਪਈਆ ਇਹਨਾਂ ਚੀਜ਼ਾਂ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਉਹ ਕੰਫਰਟੇਬਲ ਨੇ, ਉਹ ਆਪਣੀ ਉਹਨਾਂ ਦੀ ਰੋਜ਼ੀ ਰੋਟੀ ਜਿਹੜੀ ਆ, ਚੰਗੀ ਰੋਜ਼ੀ ਰੋਟੀ ਜਿਹੜੀ ਆ ਚੱਲਦੀ। ਝੂਠੀ ਜੀ ਮਿਹਰਬਾਨੀ, ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਦ੍ਰਿਸ਼ਟੀਕੋਣ ਹੈ। ਹੈਲੋ। ਹੈਲੋ। ਹਾਂਜੀ ਹਾਂਜੀ, ਮੈਂ ਗੁਰਪ੍ਰੀਤ ਸਿੰਘ ਬੋਲ ਰਿਹਾ ਨਿਊਯਾਰਕ ਤੋਂ। ਦੁਬਾਰਾ ਨਾਂ ਦੱਸਿਓ ਜੀ। ਗੁਰਪ੍ਰੀਤ ਸਿੰਘ। ਹਾਂਜੀ ਗੁਰਪ੍ਰੀਤ ਸਿੰਘ ਜੀ, ਸਵਾਗਤ ਹੈ ਸ਼ੋਅ ਦੇ ਵਿੱਚ, ਦੱਸੋ ਤੁਹਾਡਾ ਕੀ ਵਿਊ ਪੁਆਇੰਟ ਹੈ ਇਹਦੇ ਤੇ? ਵਿਊ ਪੁਆਇੰਟ ਮੈਂ ਸਪੈਸ਼ਲੀ ਲਾਈਕ 2-3 ਮੰਥ ਪਹਿਲਾਂ ਇੰਡੀਆ ਗਿਆ ਸੀ, ਮੈਂ ਬਾਪੂ ਸੁਰ ਸਿੰਘ ਜੀ ਹੋਰਾਂ ਨੂੰ ਮਿਲਿਆ ਸੀ ਜੀ, ਤਾਂ ਸਪੈਸ਼ਲ ਗਏ ਸੀ, ਤਾਂ ਮੈਂ ਤਾਂ ਮੇਰੇ ਪਾਪਾ ਗਏ। ਬੇਸਿਕਲੀ ਪ੍ਰਕਾਸ਼ ਸਿੰਘ ਬਾਦਲ ਕਾਤੋਂ ਨੀ ਕੁਛ ਕਰਦੇ ਪਏ ਉੱਥੇ ਪੰਜਾਬ ਦੇ ਵਿੱਚ, ਕਿ ਉਹ ਜਿਹੜੀ ਆ ਬਾਪੂ ਸੂਰਤ ਸਿੰਘ ਦੇ ਕਹਿਣ ਤੇ ਉਹ ਬੰਦੇ ਛੱਡਣ ਜਿਹੜੇ ਪੋਲੀਟੀਕਲ ਪ੍ਰਿਜ਼ਨਰ ਆ ਉੱਥੇ ਜੀ, ਤੋ ਇਹਦੇ ਵਾਸਤੇ ਕੀ ਕਰਨਾ ਚਾਹੀਦਾ ਪੰਜਾਬ ਨੂੰ? ਸੋ ਤੁਸੀਂ ਪੁੱਛ ਰਹੇ ਜੇ ਜਾਂ ਕਿਸ ਤਰ੍ਹਾਂ ਤੁਸੀਂ ਆਪਣਾ ਵਿਊ ਪੁਆਇੰਟ ਦੇਣਾ ਚਾਹੁੰਦੇ ਜੇ? ਪ੍ਰੋਬਲਮ ਕ੍ਰੀਏਟ ਹੋਈ ਆ। ਹਾਂਜੀ ਮੈਂ ਕਿਹਾ ਰਿਚਮੰਡ ਹਿੱਲ ਨਿਊਯਾਰਕ 'ਚ ਵੀ ਪ੍ਰੋਬਲਮ ਕ੍ਰੀਏਟ ਹੋਈ ਆ 2-3 ਦਿਨ ਪਹਿਲਾਂ। ਹਾਂਜੀ ਹਾਂਜੀ, ਤੋਤਾ ਸਿੰਘ ਕਰਕੇ, ਤਾਂ ਬਾਦਲ ਨੂੰ ਕੋਈ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਵਾ, ਉੱਥੇ ਇੱਕ ਜਿਹੜੇ ਮੁਜਰਿਮ ਆ ਜਿਹਨਾਂ ਨੂੰ ਉਮਰ ਕੈਦ ਹੋਈ ਆ ਉਹਨਾਂ ਦਾ ਕੇਸ ਸੁਪਰੀਮ ਕੋਰਟ ਚੱਲ ਰਿਹਾ ਵਾ, ਉੱਥੇ ਪੰਜਾਬ ਸਰਕਾਰ ਨੂੰ ਬਹੁਤ ਆਪਣੀ ਬਹੁਤ ਤਕੜੇ ਤਰੀਕੇ ਨਾਲ ਆਪਣਾ ਪੱਖ ਜਿਹੜਾ ਵਾ ਉਹ ਪੇਸ਼ ਕਰਨਾ ਚਾਹੀਦਾ ਵਾ, ਔਰ ਉੱਥੇ ਦੱਸਣਾ ਚਾਹੀਦਾ ਵਾ ਵੀ ਪੰਜਾਬ ਦੇ ਵਿੱਚ ਇਸ ਵੇਲੇ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਉਹ ਆਹ ਬਣੀ ਆ, ਔਰ ਇਹਦਾ ਕੀ ਕਰਨ ਦੀ ਲੋੜ ਆ। ਮੈਂ ਦੇਖਿਆ ਵਾ ਕਿ ਉੱਥੇ ਪੰਜਾਬ ਸਰਕਾਰ ਨੇ ਇੱਕ ਅਰਜ਼ੀ ਤਾਂ ਜ਼ਰੂਰ ਦਿੱਤੀ ਆ, ਲੇਕਿਨ ਜਦੋਂ 15 ਤਰੀਕ 15 ਜੁਲਾਈ ਨੂੰ ਔਰ 21 ਜੁਲਾਈ ਨੂੰ ਜਦੋਂ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਜਦੋਂ ਕੇਸ ਦੁਬਾਰਾ ਆਇਆ ਸੁਣਵਾਈ ਵਾਸਤੇ, ਉੱਥੇ ਪੰਜਾਬ ਵੱਲੋਂ ਕੋਈ ਅਪੀਅਰ ਹੀ ਨਹੀਂ ਹੋਇਆ।
ਪੰਜਾਬ ਦੇ ਵਿੱਚ ਦੇਖੋ ਕਿਹੋ ਜਿਹੀ ਐਕਸਪਲੋਸਿਵ ਵਿਸਫੋਟਕ ਜਿਹੀ ਸਿਚੁਏਸ਼ਨ ਬਣੀ ਆ, ਲੇਕਿਨ ਪੰਜਾਬ ਉੱਥੇ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਹਾਂ ਗੱਲਾਂ ਜਾ ਕੇ ਉੱਥੇ ਦੱਸੀਆਂ ਹੀ ਨਹੀਂ। ਇਹੋ ਹੀ ਕਹਿ ਰਿਹਾ ਜੀ, ਜੋ ਸੁਪਰੀਮ ਕੋਰਟ ਫੈਸਲਾ ਕਰੂਗਾ ਉਹਦੇ ਮੁਤਾਬਿਕ ਹੀ ਸਾਨੂੰ ਚੱਲਣਾ ਪਊਗਾ। ਪਰ ਤੁਹਾਨੂੰ ਆਪਣਾ ਪੱਖ ਤਾਂ ਦੱਸਣਾ ਪੈਣਾ ਨਾ, ਕਿਉਂਕਿ ਜਿਹੜੇ ਜੇਲ੍ਹ ਮੈਨੂੰ ਲਿਆ ਉਹਦੇ ਮੁਤਾਬਿਕ ਸਟੇਟਾਂ ਕੋਲ ਆ ਐਡਮਿਸ਼ਨ ਦੀ ਪਾਵਰ। ਸੋ ਇਸ ਕਰਕੇ ਸਟੇਟਾਂ ਜਿਹੜੀਆਂ ਵਾ ਉਹ ਜਾ ਕੇ ਆਪਣਾ ਵਿਊ ਪੁਆਇੰਟ ਜ਼ਰੂਰ ਦੱਸਣ। ਇਹੋ ਹੀ ਤਾਮਿਲਨਾਡੂ ਨੇ ਕੀਤਾ ਵਾ, ਇਹੋ ਬਾਕੀ ਰਾਜਾਂ ਨੇ ਉੱਥੇ ਕੀਤਾ ਹੋਇਆ ਵਾ। ਗੁਰਪ੍ਰੀਤ ਜੀ ਬਹੁਤ ਬਹੁਤ ਧੰਨਵਾਦ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਪ੍ਰਸਤਾਵ ਹੈ। ਹੈਲੋ ਹੈਲੋ, ਹਾਂਜੀ ਭਾਈ ਸਾਹਿਬ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਹਾਂਜੀ ਸੰਧੂ ਸਾਹਿਬ। ਹਾਂਜੀ ਹਾਂਜੀ, ਕੌਣ ਬੋਲ ਰਿਹਾ ਜੀ? ਮੈਂ ਬਚਿੱਤਰ ਸਿੰਘ ਬੋਲਦਾ ਜੀ, ਇੱਥੋਂ ਅਮਰੀਕਾ ਤੋਂ। ਹਾਂਜੀ ਹਾਂਜੀ ਬਚਿੱਤਰ ਸਿੰਘ ਜੀ, ਸਵਾਗਤ ਹੈ, ਦੱਸੋ ਕੀ ਕਹਿਣਾ ਚਾਹੁੰਦੇ ਜੀ? ਦੇਖੋ ਜੀ, ਜਿਹੜਾ ਤੁਸੀਂ ਅੱਜ ਮੁੱਦਾ ਲਿਆਂਦਾ ਜੀ, ਕੋਈ ਵੀ ਵਾਕਿਆ ਹੁੰਦਾ ਜੀ, ਕੁਝ ਸਮਾਂ ਪੈ ਕੇ ਉਹਦੇ ਜਿਹੜੇ ਅਗਾਹ ਆ ਉਹ ਮੁੱਕਰ ਜਾਂਦੇ ਆ ਜੀ। ਜਿਹੜਾ ਕੇਸ ਹੁੰਦਾ ਆ, ਇਹ ਕੇਸ ਅਗਾਹਾਂ ਦੇ ਸਿਰ ਤੇ ਹੁੰਦਾ। ਬਿਲਕੁਲ ਠੀਕ ਹੈ। ਜਿਸ ਵੇਲੇ ਅਗਾਹੇ ਮੁੱਕਰਦਾ ਜੀ, ਤਾਂ ਫਿਰ ਕੇਸ ਦੇ ਵਿੱਚ ਜਾਨ ਨਹੀਂ ਰਹਿੰਦੀ, ਤਾਂ ਅਦਾਲਤ ਦੇ ਵਿੱਚ ਜਿਹੜੀ ਅਪੀਲ, ਦਲੀਲ ਐਂਡ ਜਸਟਿਸ ਹੁੰਦੇ ਆ ਉਹ ਸਿਲੰਡਰ ਕਰ ਜਾਂਦੇ ਆ। ਬਿਲਕੁਲ ਠੀਕ ਹੈ। ਤੇ ਇਸ ਕਰਕੇ ਇਹ ਜਿਹੜਾ ਸਾਡਾ ਹਿੰਦੁਸਤਾਨ ਦਾ ਸਾਰਾ ਢਾਂਚਾ ਹੈ, ਇਹਦੇ ਵਿੱਚ ਜਿਹੜੇ ਲੋਕ ਪੈਸੇ ਵਾਲੇ ਆ ਜਾਂ ਆਪਣਾ ਬਦਮਾਸ਼ ਟਪਕੇ ਦੇ ਆ ਨਾ, ਉਹ ਇਸ ਚੀਜ਼ ਦਾ ਫਾਇਦਾ ਲੈ ਜਾਂਦੇ ਆ। ਤੇ ਬਚਿੱਤਰ ਸਿੰਘ ਜੀ, ਫਿਰ ਦੱਸੋ ਤੁਹਾਡਾ ਕੀ ਸੁਝਾਅ ਆ, ਵੀ ਕੀ ਕਰਨ ਦੀ ਲੋੜ ਆ, ਵੀ ਇਹ ਗਵਾਹ ਜਿਹੜੇ ਆ ਜਾਂ ਤਾਂ ਮੁੱਕਰਨ ਨਾ, ਔਰ ਜੇ ਮੁੱਕਰ ਵੀ ਜਾਣ ਤਾਂ ਲੋਕਾਂ ਨੂੰ ਫਿਰ ਵੀ ਇਨਸਾਫ਼ ਜਿਹੜਾ ਵਾ ਉਹ ਮਿਲੇ, ਔਰ ਕੇਸ ਜਿਹੜਾ ਵਾ ਸਹੀ ਤਰੀਕੇ ਨਾਲ ਉਸੇ ਤਰ੍ਹਾਂ ਹੀ ਚੱਲਦਾ ਰਹੇ। ਹਾਂਜੀ ਬਚਿੱਤਰ ਸਿੰਘ ਜੀ। ਹਾਂਜੀ, ਮੇਰੇ ਕੋਲ ਸੁਝਾਅ ਹੈਗਾ, ਮੈਂ ਸੁਝਾਅ ਦਿੰਦਾ ਜੀ ਤੁਹਾਨੂੰ। ਦੱਸੋ ਸੰਧੂ ਸਾਹਿਬ, ਦੇਖੋ ਜਿਹੜਾ ਨਾ ਅੱਜ ਸਮਾਂ ਜਾ ਰਿਹਾ ਹੈ ਜੀ, ਇਹ ਜਿਹੜਾ ਸਮਾਂ ਆ ਟੈਕਨੋਲੋਜੀ ਦਾ ਆ ਜੀ, ਤੇ ਜਿਸ ਵੇਲੇ ਕਿਤੇ ਵੀ ਕੋਈ ਵਾਕਿਆ ਹੋਵੇ ਜੀ, ਉੱਥੇ ਜੋ ਗਾਹ ਬਿਆਨ ਦਿੰਦੇ ਆ ਉਹਦੀ ਨਾਲੇ ਮੂਵੀ ਬਣਾਈ ਜਾਵੇ। ਓਕੇ। ਔਰ ਜਿਹੜੀਆਂ ਜਾਂ ਸਟੇਟ ਗੌਰਮੈਂਟ ਜਾਂ ਸੈਂਟਰ ਗੌਰਮੈਂਟ ਇਹਦੇ ਵਾਸਤੇ ਇੱਕ ਬਿੱਲ ਪਾਸ ਕਰੇ ਕਿ ਜਿਸ ਵੇਲੇ ਵਾਕਿਆ ਵੇਲੇ ਅਗਾਹ ਨੇ ਅਗਾਹੀ ਦੇ ਦਿੱਤੀ, ਉਸ ਵੇਲੇ ਮੁੜ ਕੇ ਉਹਨੂੰ ਅਦਾਲਤ ਵਿੱਚ ਆਉਣ ਦੀ ਕੋਈ ਲੋੜ ਨਹੀਂ। ਬਿਲਕੁਲ ਠੀਕ ਹੈ। ਔਰ ਜਿਹੜੀ ਮੂਵੀ ਬਣੀ ਹੋਈ ਆ ਜੀ, ਜੱਜ ਸਾਹਿਬਾਨ ਉਹਦੇ ਉੱਤੇ ਗੌਰ ਕਰਨ। ਬਿਲਕੁਲ, ਇੱਕ ਬਹੁਤ ਵਧੀਆ ਸੁਝਾਅ ਤੁਸੀਂ ਦਿੱਤਾ ਵਾ ਵੀ ਹਰ ਕੇਸ ਦੇ ਵਿੱਚ ਜਦੋਂ ਵੀ ਕੋਈ ਸਟੇਟਮੈਂਟ ਹੁੰਦੀ ਆ ਉਹਦੀ ਵੀਡੀਓਗ੍ਰਾਫੀ ਹੋਵੇ, ਔਰ ਇੱਕ ਵਾਰੀ ਜੇ ਵੀਡੀਓਗ੍ਰਾਫੀ ਹੋ ਜਾਏ ਤਾਂ ਉਹ ਦੁਬਾਰਾ ਜਿਹੜਾ ਵਾ ਉਹ ਜਿਹੜਾ ਸੱਜਣ ਆ, ਜਿਹੜਾ ਵੀ ਗਵਾਹ ਵਾ, ਉਹ ਜੇ ਆਪਣੀ ਸਟੇਟਮੈਂਟ ਤੋਂ ਮੁੱਕਰਦਾ ਵਾ ਤਾਂ ਆਟੋਮੈਟਿਕਲੀ ਉਹਦੇ 'ਤੇ ਪਰਜਰੀ ਦਾ ਕੇਸ ਜਿਹੜਾ ਵਾ ਉਹ ਲੱਗ ਜਾਣਾ ਚਾਹੀਦਾ ਵਾ ਵੀ ਉਹ ਆਪਣੀ ਗਵਾਹੀ ਤੋਂ ਮੁੱਕਰ ਗਿਆ ਵਾ, ਔਰ ਉਹਨੇ ਜਿਹੜਾ ਕਾਨੂੰਨੀ ਸਿਸਟਮ ਆ, ਜਸਟਿਸ ਸਿਸਟਮ ਹੈ, ਉਹਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਉਹਨੂੰ ਸਜ਼ਾ ਮਿਲ ਸਕਦੀ ਹੈ। ਬਚਿੱਤਰ ਜੀ ਬਹੁਤ ਬਹੁਤ ਧੰਨਵਾਦ, ਆਪਣੇ ਸੁਝਾਅ ਵਾਸਤੇ ਤਾਂ ਵੀ ਤੁਹਾਡਾ ਧੰਨਵਾਦ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਨਜ਼ਰੀਆ। ਹੈਲੋ ਹੈਲੋ, ਹਾਂਜੀ 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 ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਸੁੱਚਾ ਸਿੰਘ ਲਵਾਣਾ ਬੋਲ ਰਿਹਾ ਜੀ। ਹਾਂਜੀ ਸੁੱਚਾ ਸਿੰਘ ਜੀ, ਸਵਾਗਤ ਹੈ ਸ਼ੋਅ ਦੇ ਵਿੱਚ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਹਾਂਜੀ ਸਰ, ਮੇਰਾ ਪਿੰਡ ਮਾਛੀਵਾੜੇ ਦੇ ਨਾਲ ਹੀ ਨੂਰਪੁਰ ਢੂੰਗੀਆਂ, ਅੱਧਾ ਮੀਲ ਆ ਗੁਰਦੁਆਰੇ ਸਾਹਿਬ ਦੇ ਨਾਲ। ਮਾਛੀਵਾੜਾ ਜਿੱਥੋਂ ਦੇ ਇਹ ਦੋ ਭਰਾ ਸੀ ਸ਼ਾਇਦ। ਹਾਂਜੀ 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 ਹਾਂਜੀ। ਇੱਥੇ ਜਿਹੜੀ ਪ੍ਰੋਬਲਮ ਚੱਲ ਰਹੀ ਆ ਸਾਰੀ ਅਕਾਲੀ ਦਲ ਦੀ ਮਨਿਸਟਰੀ ਦੀ ਪ੍ਰੋਬਲਮ ਆ। ਮੇਰੀ ਵੀ ਜ਼ਮੀਨ ਦੱਬੀ ਹੋਈ ਆ ਉੱਥੇ 12 ਤੋਂ 14 ਕਿੱਲੇ।
ਅੱਛਾ ਤੇ ਮੰਤਰੀ ਦਾ ਨਾਮ ਹੈਗਾ ਹਰਚਰਨ ਸਿੰਘ ਢਿੱਲੋਂ PWD ਦਾ ਮੰਤਰੀ ਆ। ਹਾਂ ਹਾਂ ਬਿਲਕੁਲ। ਉਹਦਾ ਭਰਾ ਹੈਗਾ ਜਮੇਰ ਸਿੰਘ ਢਿੱਲੋਂ ਉਹ ਮਾਰਕਫੈਡ ਦਾ ਚੇਅਰਮੈਨ ਆ। ਅੱਛਾ ਤੇ ਇਹਨਾਂ ਨੇ ਕਹਿਰ ਮਚਾਇਆ ਹੋਇਆ ਇਹ ਹਕੂਮਤ ਨੇ ਸਾਡੇ ਏਰੀਏ ਦੇ ਵਿੱਚ ਮੰਡ ਏਰੀਆ ਕਹਿ ਲਓ ਮਾਛੋੜਾ ਕਹਿ ਲਓ ਚਾਹੇ ਉਹ ਗਰੀਬ ਏਰੀਆ ਕਹਿ ਲਓ ਓਕੇ ਤੇ ਉੱਥੇ ਗੁਹਾਂ ਨੂੰ ਵੀ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਚੱਕ ਲੈਂਦੇ ਨੇ ਉਹਨਾਂ ਨੂੰ ਥ੍ਰੈਟ ਕਰਦੇ ਨੇ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਗੁਹਾਂ ਦੀ ਮਜਬੂਰੀ ਹੋ ਜਾਂਦੀ ਆ। ਜਿਵੇਂ ਪਹਿਲਾਂ ਸਾਡੇ ਭਰਾ ਨੇ ਦੱਸਿਆ ਕਿ ਗੁਹਾਂ ਦੀ ਉਹ ਵੀਡੀਓ ਬਣਾਓ ਉਹ ਬਣਾਓ ਕਾਨੂੰਨ ਉਹ ਬਣੇ ਨਹੀਂ ਸਕਦਾ ਜਦ ਤੱਕ ਇਹ ਅਕਾਲੀ ਸਰਕਾਰ ਸਾਡੇ ਪੰਜਾਬ 'ਚ ਬੈਠੀ ਆ ਕੋਈ ਕਾਨੂੰਨ ਨਹੀਂ ਬਣ ਸਕਦਾ। ਮੇਰੇ ਨਾਲ ਹੱਡ ਬੀਤੀ ਆ ਮੇਰੀ ਜ਼ਮੀਨ ਮੈਂ ਸਮਰਾਲੇ ਜਿੱਤਿਆਂ ਲੁਧਿਆਣੇ ਜਿੱਤਿਆਂ ਚੰਡੀਗੜ੍ਹੋਂ ਜਿੱਤਿਆਂ ਦਿੱਲੀਓ ਜਿੱਤਿਆਂ ਧੱਕੇ ਨਾਲ ਦੱਬੀ ਪਈ ਆ। ਉਲਟੇ ਸਾਨੂੰ ਫੋਨ ਕਰਨਾ ਆਉਂਦੀਆਂ ਕਿ ਆ ਜਾ ਤੂੰ ਪੰਜਾਬ ਤੇਰੀ ਲਾਸ਼ ਜਾਊ। ਸੁੱਚਾ ਸਿੰਘ ਜੀ ਤੁਸੀਂ ਹੁਣ ਜਿਵੇਂ ਮੰਤਰੀ ਅਕਾਲੀ ਦਲ ਦੇ ਮੰਤਰੀ ਤੁਹਾਡੇ ਅਮਰੀਕਾ ਗਏ ਸੀਗੇ ਨੌਰਥ ਅਮਰੀਕਾ ਗਏ ਸੀ ਤੁਸੀਂ ਉਹਨਾਂ ਨੂੰ ਕਿਸੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਦੱਸਿਆ ਵੀ ਆ ਕੀ ਕੁਛ ਹੋ ਰਿਹਾ ਜਦੋਂ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਆ ਕਿਸੇ ਤੁਸੀਂ ਸੰਗਤ ਦਰਸ਼ਨ ਜਾ ਕੇ ਦੱਸਿਆ ਵੀ ਆ ਹੋਇਆ ਤੁਹਾਡੇ ਨਾਲ ਡਾਕੂਮੈਂਟ ਮੈਂ ਤੁਹਾਡੀ ਈਮੇਲ ਤੇ ਸਾਰਾ ਹਰ ਇੱਕ ਚੀਜ਼ ਮੇਰਾ ਵਕੀਲ ਤੁਹਾਨੂੰ ਸਾਰਾ ਕੁਛ ਭੇਜ ਦੂਗਾ। ਉਹ ਕਾਨੂੰਨ ਤੋਂ ਨਹੀਂ ਡਰਦੇ ਕਿਉਂਕਿ ਮੰਤਰੀ ਆ ਪ੍ਰਕਾਸ਼ ਸਿੰਘ ਬਾਦਲ ਬੈਠਾ ਮੈਂ ਕਿਸੇ ਦੇ ਅਗੇਂਸਟ ਨਹੀਂ ਮੈਨੂੰ 27 ਸਾਲ ਅਮਰੀਕਾ ਚ ਰਹਿੰਦੇ ਨੂੰ ਹੋ ਗਏ ਨੇ ਪਰ ਉੱਥੇ ਆ ਜਿਵੇਂ ਅਸ਼ਰਨ ਸਿੰਘ ਢਿੱਲੋਂ ਬੈਠਾ PWD ਦਾ ਮੰਤਰੀ ਸਾਰੇ ਬਦਮਾਸ਼ ਪਾਲੇ ਹੋਏ ਆ ਲੋਕਾਂ ਨੇ। ਤੁਸੀਂ ਸੁੱਚਾ ਸਿੰਘ ਜੀ ਭੇਜੋ ਇਹਦੇ ਬਾਰੇ ਅਸੀਂ ਇੱਕ ਸੈਪਰੇਟ ਨਿਊਜ਼ ਆਈਟਮ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੋ ਕੁਛ ਅਸੀਂ ਕਰ ਸਕਦੇ ਹਾਂ ਉਹ ਡੈਫੀਨੇਟਲੀ ਕਰਾਂਗੇ। ਬੜੀ ਮਾੜੀ ਗੱਲ ਹੈ ਜੋ ਜੇ ਤੁਸੀਂ ਕਹਿ ਰਹੇ ਜੇ ਸੱਚਾਈ ਆ ਔਰ ਜੇ ਇਹੋ ਹੀ ਕੁਛ ਹੋ ਰਿਹਾ ਵਾ ਸ਼ਾਇਦ ਇਸੇ ਕਰਕੇ ਹੀ ਜਿਹੜੇ ਅਕਾਲੀ ਦਲ ਦੇ ਮੰਤਰੀ MLA ਜਿਹੜੇ ਬਾਹਰ ਗਏ ਆ ਉਹਨਾਂ ਨੂੰ ਇਹੋ ਜਿਹਾ ਉਹਨਾਂ ਦਾ ਵਿਰੋਧ ਹੋਇਆ ਕਈ ਥਾਵਾਂ 'ਤੇ ਉਹਨਾਂ 'ਤੇ ਪੱਥਰ ਵੀ ਸੁੱਟੇ ਗਏ। ਮੇਰਾ ਖਿਆਲ ਹੈ ਜੇ ਇੱਥੇ ਇਹੋ ਜਿਹੇ ਕੰਮ ਹੋ ਰਹੇ ਆ ਤਾਂ ਇਹ ਬਾਹਰ ਜਾ ਕੇ ਕੀ ਕਰਨ ਜਾਂਦੇ ਆ ਇਹ ਲੋਕ ਜਿਹੜੇ ਆ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਆ। ਸੁੱਚਾ ਸਿੰਘ ਜੀ ਬਹੁਤ ਬਹੁਤ ਧੰਨਵਾਦ ਸਾਡੀ ਤੁਹਾਡੇ ਕੇਸ ਦੇ ਨਾਲ ਤੁਹਾਡੀ ਸਾਡੀ ਪੂਰੀ ਹਮਦਰਦੀ ਆ ਅਸੀਂ ਆਸ ਕਰਦੇ ਹਾਂ ਵੀ ਕੋਈ ਨਾ ਕੋਈ ਕਾਨੂੰਨੀ ਢੰਗ ਇਸ ਕੇਸ ਦਾ ਜ਼ਰੂਰ ਲੱਭਿਆ ਜਾਊਗਾ। ਇੱਕ ਹੋਰ ਸੱਜਣ ਸਾਡੇ ਨਾਲ ਨੇ ਦੇਖਦੇ ਹਾਂ ਉਹਨਾਂ ਦਾ ਕੀ ਕਹਿਣਾ ਵਾ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ ਪ੍ਰਗਟ ਜੀ ਸਤਿ ਸ਼੍ਰੀ ਅਕਾਲ। ਉਹ ਮਹਾਰਾਜ ਤੁਸੀਂ ਤੇ ਬੜੇ ਥੱਲੜੇ ਲੈਵਲ ਤੋਂ ਗੱਲ ਫੜ ਲਈ ਆ। ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਆਖਿਆ ਕਿ ਜਿਹੜੇ ਸਰਕਾਰੀ ਮੁਲਾਜ਼ਮ ਆ ਉਹਨਾਂ ਨੂੰ ਸਰਕਾਰ ਚਾਹੁੰਦੀ ਨਹੀਂ ਕਿ ਸਹੀ ਕੰਮ ਕਰਨ। ਓਕੇ ਤੇ ਉੱਤੋਂ ਤੋਂ ਲੈ ਕੇ ਥੱਲੇ ਤੱਕ ਸਾਰਾ ਕੰਮ ਉਹਨਾਂ ਦੀ ਮਰਜ਼ੀ ਨਾਲ ਚੱਲਦਾ। ਥਾਣੇ ਵੰਡੇ ਆ, ਜ਼ਿਲ੍ਹੇ ਵੰਡੇ ਆ, DC ਵੰਡੇ ਆ, ਜੱਜ ਵੰਡੇ ਆ ਤੇ 40-45 ਬੰਦੇ ਤੇ ਮੱਧ ਪ੍ਰਦੇਸ਼ 'ਚ ਮਾਰ ਦਿੱਤੇ ਗਏ ਆ। ਬਾਪੂ ਆਸਾਰਾਮ ਦੇ ਕਿੰਨੇ ਮਾਰੇ ਗਏ ਆ ਤੇ ਗਵਾਹੀ ਦਵਾ ਕਿਹੜਾ ਕਿਹੜਾ ਆਪਣਾ ਟੱਬਰ ਮਰਵਾਵੇ। ਤੇ ਹਾਂ ਜਿਹੜੀ ਜੱਸੀ ਦੀ ਗੱਲ ਕਰਦੇ ਇਹਦੇ ਸਾਰੀ ਵੀਡੀਓ ਕਾਨਫਰੰਸ ਕੀ ਕਰਨੀ ਆ, ਇਹ ਤੇ ਸਾਰੀ ਉਹਦਾ ਜੱਜਾਂ ਦੇ ਸਾਹਮਣੇ ਬਿਆਨ ਦੇ ਕੇ ਮਰਿਆ ਬੰਦਾ ਉਹਨਾਂ ਦੇ ਸਾਹਮਣੇ ਦਵਾਈ ਪੀਤੀ ਤੇ ਜਦੋਂ ਨੇ ਦਵਾਈ ਪੀਤੀ ਆ। ਇਨਫੈਕਟ ਸਾਡੇ ਕੋਲ ਸ਼ਾਇਦ ਉਹਦੇ ਸ਼ਾਰਟਸ ਵੀ ਹੋਣਗੇ, ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹ ਸ਼ਾਰਟਸ ਪਲੇ ਕਰੀਏ। ਜਦੋਂ ਉਹਨਾਂ ਨੇ ਦਵਾਈ ਪੀਤੀ ਆ ਉਹ ਜ਼ਹਿਰ ਪੀ ਰਿਹਾ ਵਾ, ਉਦੋਂ ਉੱਥੇ ਜੱਜ ਸਾਹਿਬਾਨ ਉਸ ਵੇਲੇ ਉੱਥੇ ਹਾਜ਼ਰ ਸਨ ਜਦੋਂ ਜਸਿੰਦਰ ਸਿੰਘ ਜੱਸੀ ਜਿਹੜਾ ਵਾ ਉਹਨੇ ਆਪਣੀ ਖੁਦਕੁਸ਼ੀ ਕੀਤੀ ਆ। ਹੋਰ ਵੀ ਬਹੁਤ ਸਾਰੇ ਜਿਹੜੇ ਗਵਾਹ ਸੀਗੇ ਉਹ ਉਸ ਵੇਲੇ ਉੱਥੇ ਹਾਜ਼ਰ ਸਨ, ਉਹਨਾਂ ਨੇ ਸਭ ਕੁਝ ਵੇਖਿਆ ਜੋ ਕੁਝ ਹੋਇਆ। ਪ੍ਰਗਟ ਜੀ ਹੋਰ ਵੀ ਕੁਝ ਸੁਝਾਅ ਦੇਣਾ ਚਾਹੁੰਦੇ ਤੁਸੀਂ? ਹੈਲੋ ਤੁਸੀਂ ਕੋਈ ਸੁਝਾਅ ਵੀ ਦੇਣਾ ਚਾਹੁੰਦੇ ਵੀ ਇਹਦੇ ਬਾਰੇ ਕੀ ਕਰਨ ਦੀ ਲੋੜ ਆ?
ਹਾਂਜੀ, ਤੁਸੀਂ ਅਮਰੀਕਾ ਕੈਨੇਡਾ ਦੀ ਗੱਲ ਕਰਨਾ ਚਾਹੁੰਦੇ ਤੇ ਇੱਥੇ ਤੇ ਸਾਡੇ ਮੰਤਰੀ ਖੁਸ਼ ਨਹੀਂ ਹੋਏ ਵੀ ਇੱਥੋਂ ਦੀ ਫੋਰਸ ਹੀ ਨਹੀਂ ਚੰਗੀ, ਪੁਲਿਸ ਨਹੀਂ ਚੰਗੀ। ਉੱਥੇ ਇੱਕ ਮੰਤਰੀ ਆਉਂਦਾ ਜੇ ਡੰਡੇ ਮਾਰ ਮਾਰ ਭਜਾਉਂਦੇ ਆ ਲੋਕਾਂ ਨੂੰ ਵੀ ਤੁਸੀਂ ਕੁਐਸਚਨ ਕਿਉਂ ਕਰਦੇ ਜੇ, ਤੇ ਤੁਸੀਂ ਕਿੱਥੋਂ ਇਹਨਾਂ ਇੰਡੀਆ 'ਚੋਂ ਕਿੱਥੋਂ ਕੋਈ ਨਿਆਂ ਲੈ ਲੂਗਾ ਜੀ। ਪਰ ਮੇਰਾ ਖਿਆਲ ਹੈ ਕਿਸੇ ਕੈਨੇਡਾ ਦੇ ਫੈਡਰਲ ਮਿਨਿਸਟਰ ਨੇ ਉਹਨਾਂ ਦਾ ਜਵਾਬ ਵੀ ਦਿੱਤਾ ਵਾ ਪ੍ਰਗਟ ਜੀ। ਹਾਂਜੀ, ਉਹਨਾਂ ਦਾ ਜਿਹੜਾ ਮੰਤਰੀ ਆ ਉਹਨੇ ਦਿੱਤਾ, ਪੰਜਾਬੀ ਮੰਤਰੀ ਨੇ ਦਿੱਤਾ। ਇੱਥੇ ਦੇ ਕਾਨੂੰਨ ਆ, ਜੇ ਕੋਈ ਗੱਡੀ ਲੱਗ ਜਾਂਦੀ ਹੈ, ਕੋਈ ਗਲਤੀ ਕਰਦਾ, ਉਸੇ ਵੇਲੇ 50 ਗਵਾਹ ਆਣ ਕੇ ਖਲੋ ਜਾਂਦੇ ਜੀ। ਅਸੀਂ ਆਹ ਵੇਖਿਆ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਮੇਰੇ ਖਿਆਲ ਇੱਕ ਤਾਂ ਸਾਡੇ ਕਿਰਦਾਰ ਦੇ ਵਿੱਚ ਵੀ ਹੌਲੀ ਹੌਲੀ ਇੰਨਾ ਗਿਰਾਵਟ ਆ ਗਈ ਆ ਕਿ ਹੁਣ ਲੋਕ ਜਿਹੜੇ ਆ, ਪਹਿਲਾਂ ਤਾਂ ਉਹਨਾਂ ਦਾ ਐਟੀਟਿਊਡ ਹੁੰਦਾ ਵੀ ਅਸੀਂ ਕੀ ਲੈਣਾ, ਹੁਣ ਦਿਓ ਜੋ ਹੁੰਦਾ ਅਸੀਂ ਕਿਉਂ ਪੰਗਾ ਲੈਣਾ। ਔਰ ਬਾਅਦ ਦੇ ਵਿੱਚ ਜਦੋਂ ਜੇ ਕੋਈ ਲੈਂਦਾ ਵੀ ਹੈ, ਜ਼ਰੂਰਤ ਕਰਦਾ ਵੀ ਆ, ਉਹਦੇ 'ਤੇ ਜਾਂ ਤਾਂ ਸਿਆਸੀ ਦਬਾਅ ਪੈ ਜਾਂਦਾ ਵਾ, ਪੁਲਿਸ ਵੱਲੋਂ ਦਬਾਅ ਪੈ ਜਾਂਦਾ ਵਾ, ਅਤੇ ਜਾਂ ਫਿਰ ਉਹਨੂੰ ਪੈਸੇ ਦੇ ਦਿੱਤੇ ਜਾਂਦੇ ਆ। ਔਰ ਸਾਡੇ ਇੱਥੇ ਮੇਰੇ ਖਿਆਲ ਕਈ ਵਾਰ ਐਂ ਲੱਗਦਾ ਵੀ DNA 'ਚ ਹੀ ਗਰੀਬੀ ਆ, ਵੀ ਲੋਕ ਜਿਹੜੇ ਆ ਆਪਣੇ ਆਪ ਨੂੰ ਬੜੇ ਬੜੇ ਅਮੀਰ ਕਹਿਣ ਵਾਲੇ ਲੋਕ ਜਿਹੜੇ ਆ, ਉਹ ਵੀ ਪੈਸੇ ਅੱਗੇ ਆ ਕੇ ਅਤੇ ਢੇਰ ਹੋ ਜਾਂਦੇ ਆ, ਢੇਰੀ ਢਾ ਲੈਂਦੇ ਉਹ ਵੀ। ਇੱਕ ਸੱਜਣ ਹੋ ਰਿਹਾ ਸਾਡੇ ਨਾਲ ਇਸ ਵੇਲੇ, ਉਹਨਾਂ ਦੀ ਗੱਲ ਸੁਣ ਕੇ ਫਿਰ ਅਸੀਂ ਬ੍ਰੇਕ ਲਵਾਂਗੇ। ਹੈਲੋ। ਹੈਲੋ, ਹਾਂਜੀ ਹਾਂਜੀ, ਸੰਤ ਸਰ ਸਤਿ ਸ਼੍ਰੀ ਅਕਾਲ ਜੀ, ਮੈਂ ਦੀਪ ਸਿੱਧੂ ਬੋਲ ਰਿਹਾ ਜੀ, ਆਪਣੇ ਕੈਲੀਫੋਰਨੀਆ ਤੋਂ। ਹਾਂਜੀ ਹਾਂਜੀ, ਦੀਪ ਸਿੱਧੂ ਜੀ ਸਵਾਗਤ ਹੈ, ਦੱਸੋ ਤੁਹਾਡਾ ਕੀ ਵਿਚਾਰ ਹੈ ਇਸ ਮਸਲਾ ਜਿਹੜਾ ਅਸੀਂ ਵਿਚਾਰ ਰਹੇ ਹਾਂ ਕਿ ਗਵਾਹ ਕਿਉਂ ਮੁੱਕਰ ਜਾਂਦੇ ਆ। ਹਾਂਜੀ, ਮੇਰਾ ਇੱਕ ਤਾਂ ਜੀ ਮੈਂ ਆਵਾਜ਼ ਉਹਨਾਂ ਤੱਕ ਪਹੁੰਚਾਉਣੀ ਚਾਹੁੰਦਾ, ਲੀਡਰ ਜਿਹੜੇ ਜਿਸ ਦਿਨ ਇਹ ਲੁਧਿਆਣੇ ਕੇਸ ਹੋਇਆ ਸੀ ਆ ਜੀ, ਆਪਣਾ ਮਰਡਰ ਵਾਲਾ, ਹਾਂਜੀ ਉਸ ਦਿਨ ਦੇਖੋ ਉੱਥੇ ਕਿਹੜੇ ਕਿਹੜੇ ਲੀਡਰ ਪਹੁੰਚੇ ਹੋਏ ਸੀਗੇ ਜੀ। ਆਪ ਦੇ ਸਾਰੇ ਲੀਡਰ ਉੱਥੇ ਪਹੁੰਚੇ ਸੀ, ਕਾਂਗਰਸ ਦੇ ਸਾਰੇ ਲੀਡਰ ਉੱਥੇ ਪਹੁੰਚੇ ਹੋਏ ਸੀਗੇ ਜੀ, ਤੇ ਆਪਣਾ PPP ਦੇ ਵੀ ਲੀਡਰ ਉੱਥੇ ਪਹੁੰਚੇ ਸੀ, ਤੇ ਕਹਿੰਦੇ ਸੀ ਅਸੀਂ ਇਨਸਾਫ ਦਵਾਵਾਂਗੇ ਜੀ। ਕੀ ਉਹ ਲੀਡਰ ਉਸ ਤੋਂ ਬਾਅਦ, ਇੱਕ ਦਿਨ ਤੋਂ ਬਾਅਦ, ਕੀ ਉਹਨਾਂ ਨੇ ਉਸ ਪਰਿਵਾਰ ਦੀ ਬਾਂਹ ਫੜੀ? ਜੇ ਉਹਨਾਂ ਨੇ ਲੀਡਰਾਂ ਨੇ ਉਹ ਪਰਿਵਾਰ ਦੀ ਬਾਂਹ ਫੜੀ ਹੁੰਦੀ ਜੀ, ਤੇ ਇਹ ਜਿਹੜੇ ਵਿਟਨੈਸ ਸੀ ਜੀ, ਇਹ ਮੁੱਕਰਦੇ ਨਹੀਂ ਸੀ। ਠੀਕ ਹੈ, ਤੁਸੀਂ ਸ਼ਾਇਦ ਠੀਕ ਕਿਹਾ ਕਿ ਜੇ ਵਾਕਈ ਇਹ ਕੇਸ ਉਸੇ ਤਰ੍ਹਾਂ ਹੀ ਚਰਚਾ 'ਚ ਰਹਿੰਦਾ, ਇਹਦੇ ਬਾਰੇ ਗੱਲ ਹੁੰਦੀ ਰਹਿੰਦੀ, ਔਰ ਇਹ ਕੇਸ ਦੇ ਵਿੱਚ ਤੇਜ਼ੀ ਲਿਆਉਂਦੀ, ਸਿਆਸੀ ਤੌਰ 'ਤੇ ਤੇਜ਼ੀ ਲਿਆਉਣ ਦੀ ਕੋਸ਼ਿਸ਼ ਹੁੰਦੀ, ਅਤੇ ਸ਼ਾਇਦ ਗਵਾਹਾਂ ਵਾਸਤੇ ਹੀ ਮੁੱਕਰਨਾ ਜਿਹੜਾ ਸੀਗਾ ਮੁਸ਼ਕਲ ਸੀਗਾ। ਇੱਕ ਵਾਰੀ ਆਉਂਦੇ ਨਾ ਵੀ ਆਊਟ ਆਫ ਮਾਈਂਡ, ਆਊਟ ਆਫ ਸਾਈਟ, ਸੋ ਉਹੀ ਗੱਲ ਹੋ ਗਈ ਲੱਗਦੀ ਇਹਦੇ ਵਿੱਚ। ਦੀਪ ਜੀ, ਵੈਸੇ ਤੁਹਾਡਾ ਕੀ ਵਿਚਾਰ ਆ ਵੀ ਇਹ ਕੀ ਕਰਨ ਦੀ ਲੋੜ ਆ, ਵੀ ਇਹ ਕਿਵੇਂ ਸਿਸਟਮ ਦੇ ਵਿੱਚ ਬਿਹਤਰੀ ਲਿਆਉਂਦੀ ਜਾਏ? ਸਿਸਟਮ ਦੇ ਵਿੱਚ ਇਹੀ ਹੈ ਜੀ, ਜੇ ਕੋਈ ਗਰੀਬ ਆ, ਉਹਦੀ ਜੇ ਕੋਈ ਇੱਕ ਨਾਲ ਗਰੀਬ ਗਵਾਹ ਹੈ ਜੀ, ਉਹਦੇ ਨਾਲ ਇੱਕ ਸੱਚੇ ਆਦਮੀ ਨੂੰ ਜ਼ਰੂਰ ਖੜਨ ਦੀ ਲੋੜ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਇਹਦਾ ਆਖਿਆ ਵੀ ਜਿਹੜਾ ਆਪ ਦਾ ਕੋਈ ਸੀਗਾ ਲੀਡਰ, ਜਾਂ ਕੋਈ PPP ਦਾ ਲੀਡਰ ਸੀ, ਜਾਂ ਕੋਈ ਕਾਂਗਰਸ ਦਾ ਲੀਡਰ ਸੀ, ਜੇ ਉਹ ਆਪ ਨਹੀਂ ਖੜ ਸਕਦੇ ਸੀ ਤਾਂ ਆਪਣੇ ਕਿਸੇ ਹੋਰ ਛੋਟੇ MLA ਦੇ ਉਸ ਏਰੀਏ ਦੇ, ਜਾਂ ਉਸ ਏਰੀਏ ਦੇ ਹੋਰ ਕਿਸੇ ਨੁਮਾਇੰਦੇ ਦੀ ਡਿਊਟੀ ਲਾਈ ਜਾਂਦੀ ਵੀ ਭਾਈ ਤੂੰ ਇਸ ਪਰਿਵਾਰ ਦੇ ਨਾਲ ਹਰ ਰੋਜ਼ ਰਾਬਤਾ ਕਾਇਮ ਰੱਖਣਾ, ਤੇ ਇਹਨਾਂ ਜਿਹੜੇ ਗਵਾਹ ਇਹਨਾਂ ਨਾਲ ਕਾਇਮ ਰੱਖਣਾ, ਤੇ ਪੁਲਿਸ ਨਾਲ ਤੂੰ ਕੁਐਸਚਨਿੰਗ ਕਰਦੇ ਰਹਿਣਾ ਚਾਹੀਦਾ। ਬਿਲਕੁਲ, ਜੇ ਉਹਨਾਂ ਨਾਲ ਕੋਈ ਰਾਬਤਾ ਕਾਇਮ ਰਹੇ, ਰਾਬਤਾ ਕਾਇਮ ਰਹੇ, ਤਾਂ ਉਹਦੇ ਨਾਲ ਫਰਕ ਜ਼ਰੂਰ ਪਊਗਾ। ਪਰ ਮੇਰਾ ਖਿਆਲ ਇਹ ਵੀ ਆ ਦੀਪ ਜੀ ਕਿ ਜੇ ਇਹ ਕੇਸਾਂ ਦੀ ਜਲਦੀ ਸੁਣਵਾਈ ਹੋ ਕੇ ਜਲਦੀ ਫੈਸਲਾ ਹੋ ਜੇ, ਤਾਂ ਫਿਰ ਵੀ ਸ਼ਾਇਦ ਗਵਾਹ ਜਿਹੜੇ ਆ ਉਹਨਾਂ ਨੂੰ ਮੁੱਕਰਨ ਦਾ ਸਮਾਂ ਹੀ ਨਹੀਂ ਮਿਲੂਗਾ। ਇੱਥੇ ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਇਹ ਜਿਹੜਾ ਸਿਸਟਮ ਚੱਲ ਰਿਹਾ ਇੱਥੇ ਗਵਾਹਾਂ ਦੇ ਮੁੱਕਰਨ ਦਾ, ਜਿਹਦੇ ਕਰਕੇ ਕੇਸ ਜਿਹੜੇ ਆ ਫੇਲ ਹੋ ਰਹੇ ਆ, ਇਹਦੇ 'ਤੇ ਅਸੀਂ ਵਿਚਾਰ ਚਰਚਾ ਜਿਹੜੀ ਆ ਇਹ ਜਾਰੀ ਰੱਖਾਂਗੇ। ਪਰ ਬ੍ਰੇਕ ਤੋਂ ਬਾਅਦ ਵੈਲਕਮ ਬੈਕ, ਤੁਹਾਡਾ ਹੈਲੋ ਗਲੋਬਲ ਪੰਜਾਬ ਸ਼ੋਅ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਇੰਡੀਆ ਦੇ ਜੁਡੀਸ਼ੀਅਲ ਸਿਸਟਮ ਦੀ, ਜਿੱਥੇ ਦੇਖਿਆ ਗਿਆ ਵਾ ਕਿ ਬਹੁਤ ਸਾਰੇ ਅਹਿਮ ਕੇਸਾਂ ਦੇ ਵਿੱਚ ਗਵਾਹ ਜਿਹੜੇ ਆ, ਜਿਹੜੇ ਪ੍ਰਾਈਮ ਗਵਾਹ ਹੁੰਦੇ ਆ, ਉਹ ਮੁੱਕਰ ਜਾਂਦੇ ਆ, ਔਰ ਕੇਸ ਜਿਹੜੇ ਆ ਉਹ ਸਹੀ ਤਰੀਕੇ ਨਾਲ ਚੱਲ ਨਹੀਂ ਸਕਦੇ, ਕੇਸ ਬਹੁਤ ਕੇਸਿਸ ਦੇ ਵਿੱਚ ਫੇਲ ਹੋ ਜਾਂਦੇ ਆ। ਮੇਰੀ ਜਾਣਕਾਰੀ ਮੁਤਾਬਕ
ਆਪਣੀ ਗਵਾਹੀ ਤੋਂ ਮੁਕਰਨ ਵਾਸਤੇ ਕਈ ਮੁਲਕਾਂ ਦੇ ਵਿੱਚ ਬਹੁਤ ਸਖਤ ਸਜ਼ਾ ਹੈ, ਬਹੁਤ ਸਖਤ ਕਾਨੂੰਨ ਹੈ। ਉੱਥੇ ਮੈਂ ਸੁਣਿਆ ਹੈ ਕਿ ਕੈਨੇਡਾ 'ਚ ਸ਼ਾਇਦ ਪਰਜਰੀ ਦੀ ਸਜ਼ਾ 14 ਸਾਲ ਜੇਲ੍ਹ ਵੀ ਹੋ ਸਕਦੀ ਹੈ। ਉੱਥੇ ਮੈਕਸਿਮਮ ਪਨਿਸ਼ਮੈਂਟ 14 ਸਾਲ ਤੱਕ ਵੀ ਹੈ। ਮੇਰਾ ਇਹ ਵੀ ਸੁਝਾਵ ਹੈ ਕਿ ਸਾਡੇ ਇੱਥੇ ਵੀ ਪਰਜਰੀ ਵਾਸਤੇ ਉਹੀ ਸਜ਼ਾ ਹੋਣੀ ਚਾਹੀਦੀ ਹੈ ਜਿਹੋ ਜਿਹੀ ਸਜ਼ਾ ਉਸ ਚੱਲ ਰਹੇ ਕੇਸ ਦੇ ਵਿੱਚ ਦਿੱਤੀ ਜਾ ਸਕਦੀ ਹੈ। ਮਤਲਬ ਇਹ ਕਿ ਜੇ ਕੋਈ ਕਤਲ ਦੇ ਕੇਸ ਦੇ ਵਿੱਚ ਗਵਾਹੀ ਤੋਂ ਮੁਕਰਦਾ ਤਾਂ ਮੁਕਰਨ ਵਾਲੇ ਨੂੰ ਉਮਰ ਕੈਦ ਵੀ ਦਿੱਤੀ ਜਾਣੀ ਚਾਹੀਦੀ ਹੈ। ਇਹ ਜੇ ਕੇਸ ਪਰਜਰੀ ਦਾ ਕੇਸ ਜੇ ਪ੍ਰੂਵ ਹੋ ਜਾਵੇ, ਸਾਬਤ ਹੋ ਜਾਵੇ। ਇਸੇ ਤਰ੍ਹਾਂ ਜੇ ਕੋਈ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਆਪਣੇ ਬਿਆਨ ਤੋਂ ਮੁਕਰਦਾ ਹੈ ਤਾਂ ਉਸਨੂੰ ਉਹੀ ਸਜ਼ਾ ਮਿਲਣੀ ਚਾਹੀਦੀ ਹੈ ਜੋ ਇੱਕ ਭ੍ਰਿਸ਼ਟ ਇਨਸਾਨ ਨੂੰ ਕਾਨੂੰਨ ਮੁਤਾਬਕ ਮਿਲ ਸਕਦੀ ਹੈ। ਇੱਕ ਹੋਰ ਕਾਰਨ ਜਿਸ ਕਰਕੇ ਗਵਾਹ ਮੁਕਰਦੇ ਨੇ ਉਹ ਆ ਕੇਸਾਂ ਦੇ ਵਿੱਚ ਦੇਰੀ। ਇਹਦੇ ਬਾਰੇ ਆਪਾਂ ਹੁਣੇ ਵਿਚਾਰ ਚਰਚਾ ਕਰਾਂਗੇ, ਪਰ ਜਿਹੜੇ ਸੱਜਣ ਸਾਡੇ ਨਾਲ ਜੁੜ ਗਏ ਆ ਪਹਿਲਾਂ ਉਹਨਾਂ ਦੇ ਵਿਚਾਰ ਸਾਂਝੇ ਕਰਦੇ ਹਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਹਰਪ੍ਰੀਤ ਸਿੰਘ ਬੋਲ ਰਿਹਾ। ਹਾਂਜੀ ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇੱਕ ਵਿਚਾਰ ਰੱਖਣਾ ਚਾਹੂੰਗਾ ਕਿ ਮੇਰੇ ਖਿਆਲ ਤੁਹਾਡਾ ਵਿਚਾਰ ਬਹੁਤ ਹੈ। ਮੈਂ ਤੁਸੀਂ ਸ਼ਾਇਦ ਉੱਥੇ ਲਾਅ ਪੜ੍ਹ ਰਹੇ ਜੀ, ਰਾਈਟ? ਹਾਂਜੀ 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 ਹਰਪ੍ਰੀਤ ਜੀ, ਮੈਂ ਹੋਲਿਸਟਿਕਲੀ ਸਿਚੁਏਸ਼ਨ ਵੇਖਦਾ ਵਾਂ ਪ੍ਰੈਜ਼ੈਂਟ ਜਿਸ ਤਰ੍ਹਾਂ ਇੰਡੀਆ 'ਚ ਹੈਗੀ ਆ, ਅਤੇ ਮੈਂ ਜਿਹੜੇ ਡਿਟਰਮਾਈਨ ਵਿਟਨੈਸ ਹੁੰਦਾ ਜਿਹੜਾ ਇਨੀਸ਼ੀਅਲੀ ਅਪਫਰੰਟ ਆਉਂਦਾ ਵਾ, ਮੈਂ ਉਹਨੂੰ ਬਲੇਮ ਨਹੀਂ ਦੇ ਸਕਦਾ ਜਿਹੋ ਜਿਹਾ ਸਿਸਟਮ ਹੈਗਾ ਜੀ। ਕਿਉਂਕਿ ਜਿਹੜੀ ਉਹਦੀ ਡਿਟਰਮੀਨੇਸ਼ਨ ਹੁੰਦੀ ਆ ਉਹ ਬੇਸਡ ਔਨ ਹੁੰਦੀ ਆ ਜਿਹੜੇ ਐਕਟਰਸ ਜਸਟਿਸ ਸਿਸਟਮ ਦੇ ਵਿੱਚ ਇਨਵੋਲਵਡ ਹੁੰਦੇ ਆ, ਜਿਹਦੇ ਵਿੱਚ ਤੁਹਾਡਾ ਇਨਵੈਸਟੀਗੇਟਰ ਹੋ ਗਏ, ਤੁਹਾਡੇ ਪ੍ਰੋਸੀਕਿਊਸ਼ਨ ਹੋ ਗਏ ਤੇ ਤੁਹਾਡੇ ਜੱਜਸ ਹੋ ਗਏ ਜੀ। ਤੇ ਜਦੋਂ ਹੌਲੀ ਹੌਲੀ ਪਹਿਲੇ ਤੇ ਜਦੋਂ ਸਟਾਰਟ ਕਰਦਾ ਵਾ ਕਿ ਬਿਆਨ ਚਲੋ ਮੈਂ ਦੇਣਾ ਵਾ ਕਿ ਫੋਰ ਪਰਸਿਊਟ ਆਫ ਟਰੁੱਥ ਜੀ, ਤੇ ਫਿਰ ਉਹਨੂੰ ਠੀਕ ਆ ਧਮਕੀਆਂ ਆਉਂਦੀਆਂ ਵਾ, ਅਗਲਾ ਉਹ ਜਰ ਲੈਂਦਾ ਵਾ। ਪਰ ਜਦੋਂ ਉਹ ਵੇਖਦਾ ਵਾ ਕਿ ਪੁਲਿਸ ਦੀ ਸਾਈਡ ਤੋਂ ਜਾਂ ਇਨਵੈਸਟੀਗੇਸ਼ਨ ਸਾਈਡ ਤੋਂ ਢਿਲਾਈ ਵਰਤੀ ਜਾਂਦੀ ਆ, ਕਿਉਂਕਿ ਉਹਨੂੰ ਜਿਹੜੇ ਧਮਕੀ ਦੇਣ ਵਾਲੇ ਹੀ ਬੰਦੇ ਕਹਿ ਰਹੇ ਹੁੰਦੇ ਕਿ ਆਹ ਵੇਖ ਲਓ ਜੀ, ਆਹ ਅਸੀਂ ਕਰ ਲਿਆ ਜੁਗਾੜ, ਜੋ ਤੁਸੀਂ ਕਰਨਾ ਕਰ ਲਿਓ, ਅਸੀਂ ਹੁਣ ਤੁਹਾਨੂੰ ਵੇਖਦੇ ਹਾਂ, ਉਹ ਫਿਰ ਵੀ ਖਲੋਤਾ ਰਹਿੰਦਾ ਵਾ। ਫਿਰ ਜਦੋਂ ਕੋਰਟ 'ਚ ਉਹਦੀ ਸ਼ੁਰੂ ਹੁੰਦੀ ਆ ਪ੍ਰੋਸੀਡਿੰਗਸ, ਤੇ ਫਿਰ ਉਹ ਇਹ ਚੀਜ਼ ਆਪਣੀ ਸ਼ੋਅ ਕਰਦਾ ਵਾ ਜੱਜ ਨੂੰ ਕਿ ਮੈਨੂੰ ਆਹ ਪ੍ਰੋਬਲਮਸ ਆ ਰਹੀਆਂ ਵਾ, ਫਿਰ ਜੱਜ ਕਰਦੇ ਆ ਕਿ ਸਿੰਪਲੀ ਉਹਨੂੰ ਇੱਕ ਕਰ ਦਿੰਦੇ, ਅੱਛਾ ਜੀ ਚਲੋ ਜੀ ਇਹਨਾਂ ਨੂੰ ਦੇ ਦਿਓ ਜੀ ਪ੍ਰੋਟੈਕਸ਼ਨ। ਤੇ ਜੱਜਸ ਦੀ ਪ੍ਰੋਬਲਮ ਇੱਥੇ ਇੱਕ ਹੁੰਦੀ ਆ ਕਿ ਜੱਜਸ ਉਹਨੂੰ ਕੰਪਲੀਟਲੀ ਫੋਲੋ ਨਹੀਂ ਕਰਦੇ ਹੈਗੇ, ਕਿਉਂਕਿ ਉਹਦੀ ਜਿਹੜੀ ਪ੍ਰੋਟੈਕਸ਼ਨ ਦਿੱਤੀ ਜਾਂਦੀ ਉਹ ਵੀ ਮਤਲਬ ਨਾਮਾਤਰੀ ਹੁੰਦੀ ਆ। ਤੇ ਕਿਉਂਕਿ ਜਦੋਂ ਉਹ ਵੇਖਦਾ ਨਾ ਸਾਰਾ ਕੁਛ, ਈਵਨ ਪ੍ਰੋਸੀਕਿਊਸ਼ਨ ਵੀ ਉਹਨੂੰ ਇਨ ਦੀ ਕੋਰਟ ਤੇ ਕਹਿ ਰਿਹਾ ਹੁੰਦਾ ਕਿ ਤੁਸੀਂ ਬਿਆਨ ਦਿਓ, ਪਰ ਦੂਜੀ ਸਾਈਡ ਤੋਂ ਪ੍ਰੋਸੀਕਿਊਸ਼ਨ ਤੇ ਜਦੋਂ ਆ ਜਾਂਦਾ ਹੈਗਾ ਵਾ ਸਾਰਾ ਪ੍ਰਭਾਵ, ਫਿਰ ਉਹ ਪ੍ਰੋਸੀਕਿਊਸ਼ਨ ਵੀ ਢਿੱਲਾ ਪੈ ਜਾਂਦਾ ਵਾ, ਉਹ ਵੀ ਫਿਰ ਕੋਈ ਇੰਨੀ ਫੋਲੋ ਅਪ ਨਹੀਂ ਹੋ ਰਹੀ। ਤੁਹਾਡੇ US ਦੇ ਵਿੱਚ ਕੀ ਸਿਸਟਮ ਹੈ? US ਦੇ ਵਿੱਚ ਕਿਉਂਕਿ ਇੰਡੀਪੈਂਡੈਂਸ ਹੈਗੀ ਆ, ਇਨਵੈਸਟੀਗੇਸ਼ਨ ਜਿਹੜੀ ਤੁਹਾਡੇ ਡਿਵੀਜ਼ਨਸ ਹੈਗੇ ਆ ਤੇ ਪ੍ਰੋਸੀਕਿਊਸ਼ਨ ਦਾ ਡਿਵੀਜ਼ਨ ਹੈਗਾ ਵਾ ਸੈਪਰੇਟ। ਮੈਂ ਦੇਖਿਆ ਵੀ ਉੱਥੇ ਵੀ ਕੋਈ ਸਜ਼ਾ ਪਰਜਰੀ ਦੀ ਸਜ਼ਾ ਕੋਈ ਬਹੁਤੀ ਨਹੀਂ ਹੈ। ਮੇਰੇ ਖਿਆਲ 3 ਸਟੇਜਸ ਆ, ਔਰ ਸਭ ਤੋਂ ਜਿਹੜੀ ਅਖੀਰੀ ਸਟੇਜ ਆ ਉਹਦੇ 'ਚ ਵੀ ਮੇਰੇ ਖਿਆਲ ਸਜ਼ਾ ਜਿਹੜੀ ਆ 5-6 ਸਾਲ ਹੀ ਆ। ਹਾਂਜੀ, ਕਿਉਂਕਿ ਪਰਜਰੀ ਦੀ ਪਨ ਇੱਕ ਚੀਜ਼ ਹੈਗੀ ਆ ਕਿ ਕੰਸਿਸਟੈਂਸੀ ਹੈਗੀ ਆ ਸਜ਼ਾ ਦੇ ਵਿੱਚ। ਓਕੇ, ਕਿ ਮਤਲਬ ਜੇ ਤੁਹਾਡੇ ਫੈਕਟਸ ਅਵੇਲੇਬਲ ਹੈਗੇ ਆ ਸਾਹਮਣੇ, ਕਿਉਂਕਿ ਇੰਡੀਆ ਦੇ ਵਿੱਚ ਤੇ ਬਹੁਤ ਹੀ ਕੋਈ ਕਿੱਥੇ ਕੋਈ ਕੇਸ ਹੋਊਗਾ ਰੇਅਰ, ਕਿੱਥੇ ਕਿੰਨੇ ਹੌਸਟਾਈਲ ਹੋ ਜਾਂਦੇ ਆ ਵਿਟਨੈਸ। ਹੁਣ ਉਹ ਚੱਲ ਰਿਹਾ ਉਹ ਮਾਲੇਗਾਓਂ ਦਾ ਕੇਸ, ਉਹਦਾ ਵੀ ਸੁਣ ਚ ਆਇਆ ਕਿ ਮੇਰੇ ਖਿਆਲ ਤੋਂ ਆਲਮੋਸਟ ਕਿੰਨੇ ਮੋਰ ਦੈਨ 10 ਵਿਟਨੈਸਸ ਉਹ ਹੌਸਟਾਈਲ ਹੋ ਗਏ ਆ ਤੇ ਉਹ ਮਤਲਬ ਉਹ ਚੇਂਜ ਕਰ ਗਏ ਆ। ਤੇ ਸੇਮ ਚੀਜ਼ ਹੋਰ ਕੋਈ ਕੇਸਾਂ ਚ ਹੁੰਦੀ ਆ, ਮੇਨ ਕੰਸਿਸਟੈਂਸੀ ਰੱਖਣੀ ਪੈਣੀ ਹੈਗੀ ਆ
ਕਿ ਜੇ ਕੇਸਾਂ ਦੇ ਵਿੱਚ ਸਜ਼ਾ ਦੇ ਵਿੱਚ ਕੰਸਿਸਟੈਂਸੀ ਨਹੀਂ ਰਹੋ ਹੋਊਗੀ ਤੇ ਇੱਕ ਅੱਧੇ ਨੂੰ ਤੁਸੀਂ ਪਿੱਕ ਕਰਕੇ ਈਵਨ 30 ਸਾਲ ਦੀ ਵੀ ਸਜ਼ਾ ਦੇ ਦੋਗੇ ਉਹਦੇ ਨਾਲ ਮਤਲਬ ਕੋਈ ਮੇਰੇ ਖਿਆਲ ਜਿਹੜੀ ਹਰਪ੍ਰੀਤ ਜਿਹੜੀ ਪੋਲੀਟੀਕਲ ਕਲਾਈਮੇਟ ਹੈ ਨਾ ਉਹਦਾ ਵੀ ਬੜੇ ਕੇਸਾਂ ਦੇ ਉੱਤੇ ਅਸਰ ਪੈਂਦਾ ਜਿਵੇਂ ਮੈਂ ਗੱਲ ਕਰ ਰਿਹਾ ਸੀਗਾ ਵੀ ਜਿਹੜਾ ਸੱਤਾ 'ਚ ਆ ਜਾਂਦਾ ਵਾ ਜੇ ਰਾਜ ਸਰਕਾਰ ਦੇ ਵਿੱਚ ਉਹਨਾਂ ਖਿਲਾਫ਼ ਕਿਸੇ ਪਰਟੀਕੁਲਰ ਪਾਰਟੀ ਦੇ ਲੀਡਰਾਂ ਦੇ ਖਿਲਾਫ਼ ਕੇਸ ਹੈ ਜੇ ਉਹ ਪਾਰਟੀ ਸੱਤਾ 'ਚ ਆ ਜਾਂਦੀ ਆ ਅਤੇ ਗਵਾਹ ਮੁੱਕਰ ਜਾਂਦੇ ਆ ਇਹੋ ਹੀ ਤੁਸੀਂ ਵੇਖਿਆ ਵਾ ਵੀ ਦਿੱਲੀ ਦੇ ਵਿੱਚ ਜਾਂ ਹੋਰ ਮੁਲਕ ਦੇ ਵਿੱਚ ਜਿਹੜੇ ਕੇਸਿਸ ਹੋ ਰਹੇ ਆ ਜਾਂ ਗੁਜਰਾਤ ਦੇ ਵਿੱਚ ਜਿਹੜੇ ਕੇਸਿਸ ਹੋਏ ਆ ਮਹਾਰਾਸ਼ਟਰਾ ਜਿਹੜੇ ਕੇਸਿਸ ਹੋਏ ਆ ਜਿਨ੍ਹਾਂ ਕੇਸਿਸ ਦੇ ਵਿੱਚ ਹਿੰਦੂ ਮਿਲੀਟੈਂਸੀ ਦੇ ਲੋਕ ਇਨਵੋਲਵ ਸਨ ਉਹ ਜਦੋਂ ਤੋਂ ਐਨ ਡੀ ਏ ਸਰਕਾਰ ਬੀ ਜੇ ਪੀ ਸਰਕਾਰ ਸੱਤਾ 'ਚ ਆਈ ਆ ਹੌਲੀ ਹੌਲੀ ਉਹ ਕੇਸ ਜਿਹੜੇ ਆ ਫੇਲ ਹੋਣੇ ਸ਼ੁਰੂ ਹੋ ਗਏ ਆ ਸੋ ਇਸ ਕਰਕੇ ਪੋਲੀਟੀਕਲ ਕਲਾਈਮੇਟ ਦਾ ਵੀ ਮੇਰੀ ਜਿਹੜੀ ਕਾਨੂੰਨੀ ਸਿਸਟਮ ਹੈ ਜਸਟਿਸ ਸਿਸਟਮ ਹੈ ਉਹਦੇ 'ਤੇ ਅਨਫੋਰਚੁਨੇਟਲੀ ਬਹੁਤ ਅਸਰ ਪੈਂਦਾ ਵਾ ਹਰਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਬੜੀ ਲੌਜੀਕਲੀ ਤੁਸੀਂ ਕੁਝ ਗੱਲਾਂ ਸਮਝਾਈਆਂ ਵਾ ਹੋਰ ਵੀ ਸੱਜਣ ਸਾਡੇ ਨਾਲ ਨੇ ਦੇਖਦੇ ਉਹਨਾਂ ਦਾ ਕੀ ਵਿਊ ਪੁਆਇੰਟ ਹੈ ਹੈਲੋ ਸਤਿ ਸ਼੍ਰੀ ਅਕਾਲ ਜੀ ਘੁੰਮਣ ਬੋਲਦਾ ਵਰਜੀਨੀਆ ਤੋਂ ਵਰਜੀਨੀਆ ਤੋਂ ਕੌਣ ਜੀ ਘੁੰਮਣ ਬੋਲਦਾ ਹਾਂਜੀ ਭਾਈ ਸਾਹਿਬ ਥੋੜ੍ਹਾ ਜਿਹਾ ਹੌਲੀ ਹੌਲੀ ਬੋਲਿਓ ਹਾਂਜੀ ਹਾਂਜੀ ਗੱਲ ਆ ਬਈ ਤੁਹਾਨੂੰ ਮੈਂ ਇੱਕ ਬਟਾਲੇ ਦਾ ਕੇਸ ਦਾ ਗੁਰਦਾਸਪੁਰ ਦਾ ਜੀ ਉੱਥੇ ਇੱਕ ਗਵਾਹੀ ਦੇਣ ਕਤਲ ਦੀ ਗਿਆ ਸੀਗਾ ਉਹਨਾਂ 30 ਲੱਖ ਦਾ ਸੌਦਾ ਨਾਲ ਉਹ ਜਾ ਕੇ ਜੱਜ ਸਾਹਿਬ ਦੇ ਸਾਹਮਣੇ ਜਾ ਕੇ ਤੇ ਮੁੱਕਰ ਗਿਆ ਜੱਜ ਸਾਹਿਬ ਨੇ ਉਹਨੂੰ ਇੱਕੋ ਕੁਐਸਚਨ ਪੁੱਛਿਆ ਤੂੰ ਕਤਲ ਕੀਤਾ ਕਿ ਨਹੀਂ ਕੀਤਾ ਉਹਨੇ ਕੀ ਕੀਤਾ ਉਹਨੂੰ ਪੂਰੀ ਸਜ਼ਾ ਮਿਲੀ ਅੱਜ ਵੀ ਜੇਲ੍ਹ ਦੀ ਸਲਾਖਾਂ 'ਚ ਨਾ ਜੇ ਸਾਡੀ ਜੁਡੀਸ਼ੀ ਐਡੀ ਚੰਗੀ ਹੋਏ ਤੇ ਇਹ ਕੋਈ ਪ੍ਰਾਪਰਟੀ ਦਾ ਦੂਜੇ ਨੰਬਰ ਤੇ ਆ ਜਿਹੜੇ ਆ ਵਾਈਫ ਨੇ ਉਹਦੀ ਨੇ ਇੱਕ ਆਪਣੇ ਹਸਬੈਂਡ ਦੀ ਮੌਤ ਤੋਂ ਮੁਕਰ ਰਹੀ ਆ ਉਹ ਕਿਹਦੀ ਕੋਈ ਸੱਤੀ ਸੁੱਤੀ ਤੂੰ ਜਨਾਨੀ ਨੂੰ ਦਿੰਦੇ ਹੋ ਦੂਸਰੇ ਨੰਬਰ ਤੇ ਪੀਡੀ ਕਾਰਡ ਇੰਨਾ ਕੁ ਸਟੰਡ ਆ ਉੱਥੇ ਜਿਹੜਾ ਬੰਦਾ ਉੱਠਦਾ ਆ ਬੱਸ ਕਾਰਡ 'ਚ ਵੇਖ ਲਓ ਉਹ 35-40 ਲੱਖ ਰੁਪਈਆ ਲੈ ਕੇ ਚੁੱਪ ਕਰ ਗਈ ਜਨਾਨੀ ਉਹਨੂੰ ਗੁਲਾ ਕਰਾਇਆ ਜਾਂਦਾ ਵੀ ਇੰਨੇ ਪੈਸੇ ਲੈ ਨਹੀਂ ਤੇਰੇ ਮਾਰ ਦਿੰਦੇ ਥੈਂਕ ਯੂ ਸੋ ਮੱਚ ਮੇਰਾ ਖਿਆਲ ਆ ਜਿਹੜਾ ਬੜਾ ਤੁਸੀਂ ਇੱਕ ਇੰਟਰਸਟਿੰਗ ਪੁਆਇੰਟ ਮੇਰੇ ਖਿਆਲ ਰੇਜ਼ ਕੀਤਾ ਔਰ ਸ਼ਾਇਦ ਇਹ ਬੜਾ ਇੰਪੋਰਟੈਂਟ ਪੁਆਇੰਟ ਆ ਜੱਜ ਦੀ ਬੇਸਿਕਲੀ ਉਹਦੀ ਡਿਊਟੀ ਕੀ ਆ ਵੀ ਮੈਂ ਸੱਚਾਈ ਤੱਕ ਪਹੁੰਚਣਾ ਵਾਂ ਸੋ ਜੇ ਜੱਜ ਆਪਣੀ ਜਿਹੜੀ ਡਿਊਟੀ ਆ ਉਹਦੇ 'ਤੇ ਪੂਰਾ ਸੱਚਾ ਰਹੇ ਤਾਂ ਮੇਰਾ ਖਿਆਲ ਆ ਜੇ ਕੋਈ ਗਵਾਹ ਮੁੱਕਰ ਵੀ ਜਾਵੇ ਤਾਂ ਮੇਰੇ ਖਿਆਲ ਉਹ ਫਿਰ ਵੀ ਜੱਜ ਜੇ ਕੋਸ਼ਿਸ਼ ਕਰਦਾ ਰਹੇ ਵੀ ਉਹਦੇ ਕੋਲ ਐਵੀਡੈਂਸ ਕੀ ਐਵੀਡੈਂਸ ਜਿਵੇਂ ਤੁਸੀਂ ਸਹੀ ਕਿਹਾ ਕਿ ਜਸਵਿੰਦਰ ਜੱਸੀ ਖੁਦਕੁਸ਼ੀ ਕੇਸ ਦੇ ਵਿੱਚ ਜੇ ਜੱਜ ਸਾਹਿਬਾਨ ਪੂਰਾ ਐਵੀਡੈਂਸ ਕੋਸ਼ਿਸ਼ ਕਰਨ ਇਕੱਠਾ ਕਰਨ ਦੀ ਵੀ ਉੱਥੇ ਜੱਜ ਇਸ ਕੇਸ ਦੇ ਵਿੱਚ ਕੀ ਕੁਝ ਹੋਇਆ ਕੀ ਹਾਲਾਤ ਸੀ ਉਸ ਵੇਲੇ ਕੀ ਉਹਦੀ ਸੁਸਾਈਡ ਸਟੇਟਮੈਂਟ ਆ ਉੱਥੇ ਬਾਕੀ ਗਵਾਹਾਂ ਨੇ ਕੀ ਸਟੇਟਮੈਂਟ ਦਿੱਤੀ ਆ ਅਤੇ ਮੇਰੇ ਖਿਆਲ ਇੱਕ ਅੱਧਾ ਜੇ ਗਵਾਹ ਮੁੱਕਰ ਵੀ ਜਾਵੇ ਭਾਵੇਂ ਉਹਦੀ ਬੀਵੀ ਵੀ ਮੁੱਕਰ ਜਾਵੇ ਗਵਾਹੀ ਦੇਣ ਤੋਂ ਮੇਰੇ ਖਿਆਲ ਉਹਦਾ ਵੀ ਕੋਈ ਬਹੁਤ ਅਸਰ ਨਹੀਂ ਪੈਂਦਾ ਸੋ ਮੇਰੇ ਖਿਆਲ ਜੇ ਜੱਜ ਸਾਹਿਬਾਨ ਇਹ ਜਿਹਨੇ ਆਉਂਦੇ ਆ ਨਾ ਵੀ ਉਹ ਸੋਚ ਰਹੇ ਹਨ ਵੀ ਅਸੀਂ ਸੱਚਾਈ ਤੱਕ ਪਹੁੰਚਣਾ ਹੀ ਪਹੁੰਚਣਾ ਵਾਂ ਅਤੇ ਮੇਰੇ ਖਿਆਲ ਸੱਚਾਈ ਤੱਕ ਡੈਫੀਨੇਟਲੀ ਉਹ ਪਹੁੰਚ ਸਕਦੇ ਆ ਗਵਾਹ ਇੱਕ ਅੱਧਾ ਜੇ ਮੁੱਕਰ ਵੀ ਜਾਵੇ ਜਾਂ ਸਾਰੇ ਗਵਾਹ ਵੀ ਮੁੱਕਰ ਜਾਣ ਤਦ ਵੀ ਕੇਸ ਜਿਹੜਾ ਵਾ ਉਹ ਬਿਲਕੁਲ ਫੇਲ ਸ਼ਾਇਦ ਹੁਣ ਤੋਂ ਬਚ ਸਕਦਾ ਵਾ ਇੱਕ ਹੋਰ ਸੱਜਣ ਸਾਡੇ ਨਾਲ ਨੇ ਦੇਖਦੇ ਹਾਂ ਉਹਨਾਂ ਦਾ ਕੀ ਨਜ਼ਰੀਆ ਵਾ ਹੈਲੋ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਲਦੇਵ ਸਿੰਘ ਬੋਲ ਰਿਹਾ ਜੀ ਬਰਬੈਂਕ ਲੌਸ ਐਂਜਲਸ ਕੈਲੀਫੋਰਨੀਆ ਹਾਂਜੀ ਹਾਂਜੀ ਬਲਦੇਵ ਸਿੰਘ ਜੀ ਸਵਾਗਤ ਹੈ ਦੱਸੋ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਵੀ ਇਹ ਜੋ ਹੋ ਰਿਹਾ ਵਾ ਕੀ ਪਰਜਰੀ ਵਾਸਤੇ ਸਜ਼ਾ ਵਧਾਉਣੀ ਚਾਹੀਦੀ ਆ ਜਾਂ ਹੋਰ ਕੀ ਕਰਨ ਦੀ ਲੋੜ ਹੈ ਦੇਖੋ ਸੰਧੂ ਸਾਹਿਬ ਪਹਿਲਾਂ ਤਾਂ ਬਿਗਨਿੰਗ ਤੋਂ ਆਪਾਂ ਚੱਲੀਏ ਵੀ ਇੱਥੇ ਸਿਸਟਮ ਇੱਦਾਂ ਚੱਲਦਾ USA ਦੇ ਵਿੱਚ ਵੀ ਜਦੋਂ ਤੁਸੀਂ ਕੋਰਟ ਵਿੱਚ ਉਸ ਜਿਹੜੇ ਬੰਦੇ ਨੇ ਕ੍ਰਾਈਮ ਕੀਤਾ ਨਾ ਜੀ ਉਹਨੂੰ ਜਦੋਂ ਤੁਸੀਂ ਪੇਸ਼ ਕਰਦੇ ਆ ਤਾਂ ਉਹਨੂੰ ਪੁੱਛਿਆ ਜਾਂਦਾ ਵੀ ਤੂੰ ਇਹ ਕ੍ਰਾਈਮ ਕੀਤਾ ਜਾਂ ਨਹੀਂ ਕੀਤਾ ਜੀ ਜੇ ਉਹ ਮੰਨ ਲਵੇ ਵੀ ਮੈਂ ਕੀਤਾ ਤਾਂ ਫਿਰ ਤਾਂ ਗੱਲ ਖਤਮ ਆ ਓਕੇ ਜੇ ਉਹ ਨਹੀਂ ਮੰਨਦਾ ਤਾਂ ਫਿਰ ਉਸ ਤੋਂ ਬਾਅਦ ਉਹ ਟ੍ਰਾਇਲ ਨੂੰ ਜਾਂਦਾ ਤੇ ਜੂਰੀ ਫਿਕਸ ਹੁੰਦੀ ਆ ਫਿਰ ਜੂਰੀ ਲਿਸਨ ਕਰਦੀ ਉਸ ਕੇਸ ਨੂੰ ਜੀ ਜੇ ਉਹ ਵਿਟਨੈਸ ਜਿਹੜੇ ਹੈਗੇ ਆ ਜੇ ਦੂਸਰੀ ਧਿਰ ਜਿਹੜੀ ਆ ਜੇ ਅਗਰ ਉਹਨਾਂ ਨੂੰ ਕੋਈ ਡਰਾਵਾ ਧਮਕਾਵਾ ਦਿੰਦੀ ਆ ਜਾਂ ਪੋਲੀਟੀਕਲੀ ਕੋਈ ਪ੍ਰੈਸ਼ਰ ਪੈਂਦਾ ਜਾਂ ਕਿਸੇ ਹੋਰ ਤਰੀਕੇ ਬਦਮਾਸ਼ੀ ਤੌਰ ਤੇ ਕਰਦੇ ਆ
ਤੇ ਉਹਨੂੰ ਉਹਦੀ ਵਾਸਤੇ ਜਿਹੜੀ ਹੈਗੀ ਆ ਬੰਦਿਆਂ ਵਾਸਤੇ ਉਹਨੂੰ ਸਿਕਿਉਰਿਟੀ ਮਿਲਦੀ ਹੈ, ਜਾਂ ਉਹਨੂੰ ਬੰਦੇ ਨੂੰ ਜਿਹੜਾ ਬੰਦਾ ਕ੍ਰਿਮੀਨਲ ਆ ਉਹਨੂੰ ਇਹ ਜੱਜ ਜਿਹੜੇ ਇੰਸਟਰਕਸ਼ਨ ਦੇਂਦਾ ਵੀ ਅਗਰ ਤੂੰ ਇਸ ਬੰਦੇ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਟੈਲੀਫੋਨ ਕਰਨ ਦੀ ਕੋਸ਼ਿਸ਼ ਕੀਤੀ ਜਾਂ ਇਹਦੇ ਨੇੜੇ ਗਿਆ ਤੇ ਤੈਨੂੰ ਜਿਹੜੀ ਆ ਸਜ਼ਾ ਹੋਰ ਜ਼ਿਆਦਾ ਹੋ ਸਕਦੀ ਆ। ਕੋਈ ਹੋਰ ਦੂਸਰਾ ਬੰਦਾ ਵੀ ਕੋਈ ਪੋਲੀਟੀਕਲੀ ਜਾਂ ਉਹਦਾ ਕੋਈ ਨੇੜੇ ਦਾ ਜਾਂ ਕੋਈ ਰਿਸ਼ਤੇਦਾਰ ਉਹਨੂੰ ਕੰਟੈਕਟ ਨਹੀਂ ਕਰ ਸਕਦਾ ਜੀ। ਹਾਂਜੀ, ਤੇ ਤੀਸਰੀ ਗੱਲ, ਸਾਡਾ ਜਿਹੜਾ ਜੁਡੀਸ਼ਰੀ ਸਿਸਟਮ ਆ ਨਾ ਇਹ ਬਹੁਤ ਸਲੋ ਆ, ਜਿਸ ਕਰਕੇ ਇੰਨਾ ਲੰਮਾ ਸਮਾਂ ਕੋਈ ਵੀ ਕਿੱਡਾ ਵੀ ਬੰਦਾ ਸਟਰੋਂਗ ਹੋਵੇ ਉਹ ਜਿਹੜਾ ਪੋਲੀਟੀਕਲ ਪ੍ਰੈਸ਼ਰ ਦੇ ਅੰਡਰ ਜਾਂ ਉਹ ਪੈਸਿਆਂ ਦੇ ਅੰਡਰ ਜਾਂ ਉਹ ਡਰਾ ਧਮਕਾ ਕੇ ਉਸ ਬੰਦੇ ਨੂੰ ਜਿਹੜਾ ਬਿਠਾ ਦਿੱਤਾ ਜਾਵੇ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਜੀ, ਜੇ ਕੋਈ ਕੇਸ 10-12 ਸਾਲ 15 ਸਾਲ ਚੱਲਦਾ ਰਹੇ ਤੇ ਬੰਦੇ ਦੇ ਹਾਲਾਤ ਬਦਲ ਜਾਂਦੇ ਆ, ਕਿਤੇ ਹੋਰ ਸ਼ਹਿਰ ਬੰਦਾ ਚੱਲ ਜਾਂਦਾ, ਕਿਉਂ ਦੁਬਾਰਾ ਦੁਬਾਰਾ ਆ ਕੇ ਗਵਾਹੀ ਦੇਵੇ, ਉਹ ਕਹਿੰਦਾ ਮੈਂ ਕੀ ਲੈਣ ਦੇਣਾ। ਬਿਲਕੁਲ ਠੀਕ ਹੈ, ਉਹ ਤੁਹਾਨੂੰ ਪਤਾ ਹੀ ਹੈ ਇਸ ਸਿਸਟਮ ਆਪਣੇ ਇੰਡੀਆ ਦਾ ਜਾਂ ਪੰਜਾਬ ਦਾ ਵੀ ਕੀ ਚੱਲਦਾ ਵੀ, ਕਿਉਂਕਿ ਬੰਦਿਆਂ ਨੂੰ ਡਰਾ ਦਿੰਦੇ ਵੀ ਤੇਰਾ ਪਰਿਵਾਰ ਮਾਰ ਦਿਆਂਗੇ ਜਾਂ ਉਹ ਕਰ ਦਿਆਂਗੇ ਜੇ ਕਰ ਗਿਆ ਜੀ ਜੀ। ਤੇ ਉਹ ਤੋਂ ਬਾਅਦ ਕੀ ਹੁੰਦਾ, ਜੇ ਕੇਸ ਲਗਾਤਾਰ ਚੱਲੇ ਉਹ ਚੱਲੇ 15 ਦਿਨ 20 ਦਿਨ, ਉਹ ਡੇਲੀ ਬੇਸਿਸ ਦੇ ਉੱਤੇ ਉਹਦੀ ਸੁਣਵਾਈ ਹੋਵੇ ਜੀ, 1 ਮਹੀਨਾ 2 ਮਹੀਨੇ ਜਾਂ 15 ਦਿਨ ਜਾਂ 20 ਦਿਨ ਉਦੋਂ ਤੱਕ ਗਵਾਹ ਜਿਹੜੇ ਆ ਖੜੇ ਰਹਿੰਦੇ ਆ, ਖੜੇ ਰਹਿੰਦੇ ਹਾਂ ਜੀ। ਬਿਲਕੁਲ, ਤੇ ਉਹਦਾ ਜਿਹੜਾ ਹੋ ਜਾਂਦੀ ਮਤਲਬ ਉਹਦਾ ਜੀ ਜੀ। ਬਲੇਸੀ ਜੀ, ਬਹੁਤ ਬਹੁਤ ਮਿਹਰਬਾਨੀ, ਬੜੇ ਕਲੀਅਰ ਦ੍ਰਿਸ਼ਟੀਕੋਣ ਹੈ ਤੁਹਾਡਾ ਇਸ ਮਸਲੇ ਦੇ ਉੱਤੇ। ਇੱਕ ਇਹ ਵੀ ਦੇਖਿਆ ਗਿਆ ਕਿ ਸਾਡੇ ਦੁਨੀਆ ਦੇ ਵਿੱਚ 2 ਸਿਸਟਮ ਚੱਲਦੇ ਆ, ਇੱਕ ਦੇ ਵਿੱਚ ਹੈ ਵੀ ਜਿਹੜਾ ਦੋਸ਼ੀ ਜਿਹੜਾ ਵਾ ਉਹ ਪ੍ਰਜ਼ਿਊਮਡ ਇਨੋਸੈਂਟ ਹੁੰਦਾ ਵਾ, ਔਰ ਉਹਨੂੰ ਜਿਹੜੀ ਪ੍ਰੋਸੀਕਿਊਸ਼ਨ ਹੈ ਉਹਦੀ ਡਿਊਟੀ ਹੁੰਦੀ ਹੈ ਵੀ ਉਹਨੂੰ ਉਹਨੂੰ ਗਿਲਟੀ ਕਰਾਰ ਕਰਨਾ। ਦੂਸਰਾ ਹੁੰਦਾ ਵੀ ਉਹਨੂੰ ਪ੍ਰਜ਼ਿਊਮਡ ਗਿਲਟੀ ਹੁੰਦਾ ਅਤੇ ਉਹਨੂੰ ਆਪਣੇ ਆਪ ਨੂੰ ਪ੍ਰੂਵ ਕਰਨਾ ਪੈਂਦਾ ਵੀ ਮੈਂ ਇਨੋਸੈਂਟ ਹਾਂ। ਸੋ ਇਹ 2 ਸਿਸਟਮ ਆ, ਇਹ ਪਤਾ ਨਹੀਂ ਵੀ ਇਹਨਾਂ ਦੋਵਾਂ ਸਿਸਟਮਸ ਦੇ ਵਿੱਚੋਂ ਕਿਹੜੀ ਕੇਸ ਦੇ ਵਿੱਚ ਗਵਾਹ ਜਿਹੜੇ ਆ ਜ਼ਿਆਦਾ ਮੁੱਕਰਦੇ ਅਤੇ ਕਿਹਦੇ 'ਚ ਘੱਟ ਮੁੱਕਰਦੇ। ਖੈਰ ਦੇਖਦੇ ਹਾਂ ਬਾਕੀ ਸੱਜਣ ਸਾਡੇ ਇਸ ਸਾਰੇ ਮਸਲੇ ਦੇ ਉੱਤੇ ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ, ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਅੰਕਲ, ਮਾੜੀ ਜੀ ਮੈਂ ਕੱਲ੍ਹ 'ਤੇ ਗੱਲ ਕਰੂੰਗੀ, ਬਾਕੀ ਅੱਜ 'ਤੇ ਕਰੂੰਗੀ। ਅੰਕਲ ਜੀ ਮੈਂ ਕੱਲ੍ਹ ਤਾਂ ਪਿੱਛੇ ਗਈ ਸੀਗੀ। ਸੁਖਪ੍ਰੀਤ ਬੋਲ ਰਹੇ ਰਾਈਟ? ਓਕੇ, ਸੁਖਪ੍ਰੀਤ ਬੋਲ ਰਹੇ ਨਾ ਤੁਸੀਂ? ਹਾਂਜੀ ਹਾਂਜੀ ਹਾਂਜੀ। ਸੁਖਪ੍ਰੀਤ ਦੱਸੋ ਕੀ ਕਹਿਣਾ ਚਾਹੁੰਦੇ ਤੁਸੀਂ? ਪਹਿਲਾਂ ਕੱਲ ਦੀ ਗੱਲ ਤੇ ਮਸਲਾ, ਕੱਲ ਦੇ ਮਸਲੇ ਤੇ ਗੱਲ ਕਰਨੀ ਚਾਹੁੰਦੇ? ਥੋੜੀ ਥੋੜੀ ਜੀ ਕਰੂੰਗੀ, ਬਹੁਤੀ ਨਹੀਂ, ਬਾਕੀ ਅੱਜ ਦੇ ਤੇ ਕਰੂੰਗੀ। ਓਕੇ ਓਕੇ। ਤੇ ਅੰਕਲ ਜਿੱਦਾਂ ਮੈਂ ਕੱਲ ਤਾਂ ਪਿੱਛੇ ਗਈ ਸੀ ਜਦੇ ਕਿ ਉੱਥੇ ਉਹ ਜਿਹੜੇ ਬਾਪੂ ਸੂਰਤ ਸਿੰਘ ਉਹਨਾਂ ਨੇ ਵਰਤ ਰੱਖਿਆ ਉਹਦੀ ਜੜ ਉੱਥੇ ਲੱਗੀ ਆ। ਓਕੇ ਰਾਈਟ, ਕਿਉਂਕਿ ਇਹਨਾਂ ਲੋਕਾਂ ਨੇ ਹੁਣ ਇਹ ਲੋਕ ਅਨੰਦਪੁਰ ਸਾਹਿਬ ਦਾ ਮਜ਼ਾ ਲਿਆ ਕੇ ਲੋਕਾਂ ਨੂੰ ਉਕਸਾਇਆ, 4.5 ਲੱਖ ਲੋਕਾਂ ਨੂੰ ਉਕਸਾਇਆ। ਜਿਹੜੇ ਉਕਸਾਉਣ ਵਾਲੇ ਸੀਗੇ ਉਹ ਅੱਜ ਕੁਰਸੀਆਂ ਤੇ ਬੈਠੇ ਆ, ਜਿਹੜਾ ਨੂੰ ਇਹਨੇ ਉਕਸਾਇਆ ਸੀਗਾ ਉਹ ਜੇਲ੍ਹਾਂ 'ਚ ਬੈਠੇ ਆ। ਬਿਲਕੁਲ, ਇਹ ਪੁਆਇੰਟ ਮੈਂ ਕੱਲ੍ਹ ਤੁਹਾਡੀ ਗੱਲ ਕਰਨ ਤੋਂ ਬਾਅਦ ਮੈਂ ਸਮਝਾਇਆ ਵੀ ਸੀਗਾ ਕਿ ਇਹ ਪਹਿਲਾਂ ਜਦੋਂ ਧਰਮਯੁੱਧ ਮੋਰਚਾ ਚੱਲਿਆ ਵਾ, ਫਿਰ ਧਰਮਯੁੱਧ ਮੋਰਚੇ ਤੋਂ ਗਾਂਹ ਗੱਲ ਵੱਧਦੀ ਵੱਧਦੀ ਗਈ ਔਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਗੱਲ ਵੱਧ ਗਈ। ਸੋ ਇਸ ਕਰਕੇ ਅਕਾਲੀ ਦਲ ਜੋ ਵੀ ਉਸ ਤੋਂ ਬਾਅਦ ਹੋਇਆ ਔਰ ਜਿਹੜੇ ਲੋਕਾਂ ਨੇ ਇਹ ਜੁਰਮ ਵੀ ਕੀਤੇ ਆ, ਅਕਾਲੀ ਦਲ ਆਪਣਾ ਇਹਨਾਂ ਸਾਰਿਆਂ ਤੋਂ ਪੱਲਾ ਨਹੀਂ ਝਾੜ ਸਕਦਾ। ਇਹ ਮੈਂ ਕੱਲ੍ਹ ਵੀ ਸੁਖਪ੍ਰੀਤ ਗੱਲ ਕੀਤੀ ਸੀ। ਅੱਜ ਦੇ ਮਸਲੇ ਤੇ ਕੀ ਕਹਿਣਾ ਚਾਹੁੰਦੇ ਜੇ? ਅੱਜ ਦੇ ਮਸਲੇ ਮੈਂ ਇਹ ਕਹੂੰਗੀ ਕਿ ਜੇ ਜੁਡੀਸ਼ਲੀ ਨੇ ਨਾ ਕਿਸੇ ਨੂੰ ਨਿਆਂ ਦੇਣਾ ਹੋਵੇ ਤਾਂ ਇਹ ਸਭ ਕੁਛ ਕਰ ਸਕਦੇ ਆ, ਜੇ ਨਹੀਂ ਦੇਣਾ ਤਾਂ ਇਹ ਕੁਛ ਨਹੀਂ ਕਰਨਗੇ, ਭਾਵੇਂ ਗਵਾਹ ਹੋਣ ਚਾਹੇ ਨਾ ਹੋਣ, ਕਿਉਂਕਿ ਜਿਹੜਾ ਸਿਸਟਮ ਆ ਨਾ ਇੰਡੀਆ ਦਾ ਇਹ ਰਾਜਸ਼ੀ ਮੁਕੱਦਮ ਕੁੱਤਿਆਂ ਵਾਲਾ ਹੋ ਗਿਆ। ਠੀਕ ਹੈ, ਮਿਹਰਬਾਨੀ ਮਿਹਰਬਾਨੀ ਸੁਖਪ੍ਰੀਤ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਉਹ ਦੇਖਦੇ ਹਾਂ ਉਹਨਾਂ ਦਾ ਇਸ ਮਸਲੇ ਤੇ ਉਹਨਾਂ ਦਾ ਕੀ ਪ੍ਰਸਤਾਵ ਹੈ। ਹੈਲੋ, ਹੈਲੋ, ਹਾਂਜੀ 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 ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂਜੀ ਮੈਂ ਰਜਿੰਦਰ ਸਿੰਘ ਬੋਲਦਾ ਜੀ, ਵਰਜੀਨੀਆ ਤੋਂ। ਰਜਿੰਦਰ ਸਿੰਘ? ਹਾਂਜੀ ਹਾਂਜੀ। ਰਜਿੰਦਰ ਸਿੰਘ ਜੀ ਸਵਾਗਤ ਹੈ, ਦੱਸੋ ਇਸ ਮਸਲੇ ਤੇ ਕੀ ਵਿਚਾਰ ਹੈ ਤੁਹਾਡਾ?
ਦੇਖੋ ਜੀ ਸੰਧੂ ਸਾਹਿਬ, ਸਾਡਾ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਨਾ, ਇਹ ਬਹੁਤ ਹੀ ਮਤਲਬ ਇੱਥੇ ਪੋਲੀਟੀਕਲ ਜਾਂ ਬਦਮਾਸ਼ੀ ਗੁੰਡਾਗਰਦੀ ਦਾ ਇਨਫਲੂਐਂਸ ਹੈ ਇਹਦੇ ਉੱਤੇ, ਗਵਾਹਾਂ ਦੇ ਉੱਤੇ, ਈਵਨ ਜੱਜਾਂ ਦੇ ਉੱਪਰ ਵੀ। ਹਾਂਜੀ ਰਾਈਟ। ਤੁਸੀਂ ਦੇਖੋ ਬਈ, ਤੁਹਾਨੂੰ ਮੈਂ ਦੱਸਦਾ ਭਾਈ ਰਣਜੀਤ ਸਿੰਘ ਹੋਣਾਂ ਦੇ ਬਾਰੇ, ਵੀ ਉਹਨਾਂ ਨੇ ਉਸ ਟਾਈਮ ਦੇ ਵਿੱਚ ਤਹਿਸੀਲਦਾਰ ਦੀ ਨੌਕਰੀ ਨੂੰ ਜਵਾਬ ਦੇ ਦਿੱਤਾ ਸੀਗਾ। ਰਾਈਟ। ਕਿਉਂ ਕਿਉਂ ਦਿੱਤਾ ਸੀ? ਉਹਨਾਂ ਆਖਿਆ ਵੀ ਇੱਥੇ ਜਿਹੜਾ ਵਿਟਨੈਸ ਆ, ਉਹ ਵਿਟਨੈਸ ਤੁਸੀਂ ਦੇਖ ਲਓ, ਆਮ ਗਵਾਹ ਕੇਸਾਂ ਦੇ ਵਿੱਚ ਤੁਰੇ ਫਿਰਦੇ ਆ, ਤੇ ਮੈਂ ਉਹ ਤੇ ਆਪਣੇ ਸੱਚ ਤੇ ਨਹੀਂ ਰਹਿ ਸਕੂੰਗਾ। ਰਾਈਟ। ਹਾਂਜੀ, ਤੇ ਉਹਨਾਂ ਨੇ ਜਵਾਬ ਦਿੱਤਾ। ਇੱਥੋਂ ਦਾ ਜੁਡੀਸ਼ੀਅਲ ਸਿਸਟਮ ਬਹੁਤ ਹੀ ਮਤਲਬ, ਜੇ ਹੁਣ ਕਿਸੇ ਪੋਲੀਟੀਕਲ ਜਿਹੜੇ ਹੈਗੇ ਨੇ ਬੰਦੇ, ਉਹਨਾਂ ਦੇ ਗਵਾਹ ਆ ਗਏ ਤਾਂ ਉਹਨਾਂ ਦੇ ਉੱਤੇ ਇੰਨਾ ਦਬਾਅ ਪਾ ਦਿੰਦੇ ਆ ਵੀ ਉਹਨਾਂ ਨੂੰ ਡਰਾ ਧਮਕਾ ਕੇ ਉਹ ਵਿਚਾਰੇ ਨੂੰ ਆਪਣੀ ਫੈਮਿਲੀ ਦੀ, ਬੱਚਿਆਂ ਦੀ, ਜਿਦੋਂ ਤੁਹਾਨੂੰ ਉਹ ਪਛਾੜ ਜਾਂਦੇ ਨੇ। ਹਾਂਜੀ ਜੀ, ਇਹ ਇੱਥੇ ਜਿਹੜਾ ਵਾ ਅਮਰੀਕਾ ਦਾ ਸਿਸਟਮ ਹੈ, ਇੱਥੇ ਵੇਖੋ ਜਿਹੜੀ FBI ਆ ਬਹੁਤ ਪਾਵਰਫੁਲ ਹੈਗੀ ਆ ਜੀ, ਕਿਸੇ ਦਾ ਵੀ ਇੱਥੇ ਕੋਈ ਇਨਫਲੂਐਂਸ ਨਹੀਂ ਗਾ। ਹਾਂਜੀ, ਕੋਈ ਪੋਲੀਟੀਕਲ ਇਹ ਵਾਚ ਕਰਦੀ ਆ ਜਿੰਨੇ ਵੀ ਪੋਲੀਟੀਕਲ ਬੰਦੇ ਆ, ਤੇ ਸਾਡੇ ਤੇ ਕੋਈ ਹੈ ਹੀ ਸਿਸਟਮ ਹੀ ਕੋਈ ਨੀਗਾ ਜਿਹੜਾ ਬਈ ਇਹਨਾਂ ਨੂੰ ਕੋਈ ਵਾਚ ਕਰ ਸਕੇ। ਬਿਲਕੁਲ ਠੀਕ ਹੈ ਜੀ, ਪਰ ਮੈਂ ਵੀ ਤੁਹਾਡਾ ਮੈਂ ਅਗਰੀ ਕਰਦਾ ਰਜਿੰਦਰ ਸਿੰਘ ਜੀ, ਪਰ ਮੇਰਾ ਇਹ ਵੀ ਖਿਆਲ ਆ ਕਿ ਜਿਹੜੀ ਕੇਸਾਂ ਦੇ ਵਿੱਚ ਦੇਰੀ ਆ ਨਾ, ਕਈ ਕੇਸ ਜਿਹੜੇ ਆ 10-10 15-15 ਸਾਲ ਚੱਲਦੇ ਰਹਿੰਦੇ ਆ, ਇਹ ਕੇਸਾਂ ਦਾ ਫੈਸਲਾ ਜੇ 1-2 ਸਾਲ ਦੇ ਵਿੱਚ ਹੋ ਜਾਏ ਤਾਂ ਬਹੁਤ ਸਾਰੇ ਗਵਾਹ ਜਿਹੜੇ ਆਪਣੇ ਬਿਆਨਾਂ 'ਤੇ ਸ਼ਾਇਦ ਕਾਇਮ ਰਹਿਣਗੇ। ਇਹ ਦੇਰੀ ਕਰਕੇ ਵੀ ਇੱਕ ਦਿੱਕਤ ਜਿਹੜੀ ਆ ਰਹੀ ਆ, ਪੈਂਡਿੰਗ ਕੇਸਿਸ ਨੂੰ ਖਤਮ ਕਰਨ ਵਾਸਤੇ ਕਈ ਕਦਮ ਚੁੱਕੇ ਗਏ ਆ, ਪਰ ਹਾਲੇ ਵੀ ਲੱਖਾਂ ਕੇਸ ਇਹੋ ਜਿਹੇ ਨੇ ਜਿਹੜੇ ਬਹੁਤ ਸਾਲਾਂ ਤੋਂ 10-15 ਸਾਲਾਂ ਤੋਂ ਹਾਲੇ ਵੀ ਚੱਲ ਰਹੇ ਆ, ਉਹਨਾਂ ਤੋਂ 10-15 ਸਾਲ ਪੁਰਾਣੇ ਆ ਕੇਸ। ਪੈਂਡੈਂਸੀ ਨੂੰ ਖਤਮ ਕਰਨ ਵਾਸਤੇ ਮੇਰੇ ਖਿਆਲ ਹੋਰ ਜੱਜਾਂ ਦੀ ਲੋੜ ਆ, ਪਰ ਉਸ ਤੋਂ ਵੀ ਜ਼ਿਆਦਾ ਲੋੜ ਹੈ ਉੱਚ ਪੱਧਰੀ ਅਦਾਲਤਾਂ ਵੱਲੋਂ ਹਦਾਇਤਾਂ ਕਿ ਹਰ ਕੇਸ ਨੂੰ ਇੱਕ ਮਿੱਥੇ ਸਮੇਂ ਦੇ ਵਿੱਚ ਇੱਕ ਸਮਾਂ ਮਿੱਥਾ ਜਾਵੇ। ਪਹਿਲੀ ਸਟੇਜ ਜਿਹੜੀ 1 ਸਾਲ ਦੇ ਵਿੱਚ ਤੁਸੀਂ ਫੈਸਲਾ ਕਰਨਾ, ਦੂਜੀ ਸਟੇਜ ਅਗਲੇ 6 ਮਹੀਨਿਆਂ 'ਚ ਫੈਸਲਾ ਕਰਨਾ, ਤੀਜੀ ਸਟੇਜ 3 ਮਹੀਨਿਆਂ 'ਚ ਫੈਸਲਾ ਕਰਨਾ, ਤਾਂ ਉਹਦੇ ਨਾਲ ਕਾਫੀ ਫਰਕ ਪੈ ਜੂ। ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਇਹ ਜਿਹੜਾ ਮਸਲਾ ਵਾ ਸਾਡੇ ਜੁਡੀਸ਼ੀਅਲ ਸਿਸਟਮ ਦਾ, ਇੰਡੀਅਨ ਕ੍ਰਿਮੀਨਲ ਸਿਸਟਮ ਦਾ ਜਿਹੜਾ ਮਸਲਾ ਵਾ, ਇਹਨੂੰ ਆਪਾਂ ਇਸੇ ਤਰ੍ਹਾਂ ਇਹਦੇ 'ਤੇ ਵਿਚਾਰ ਚਰਚਾ ਕਰਦੇ ਰਵਾਂਗੇ ਬ੍ਰੇਕ ਤੋਂ ਬਾਅਦ। ਵੈਲਕਮ ਬੈਕ, ਤੁਹਾਡਾ ਹੈਲੋ ਗਲੋਬਲ ਪੰਜਾਬ ਸ਼ੋਅ ਦੇ 'ਚ ਇੱਕ ਵਾਰ ਫਿਰ ਸਵਾਗਤ ਹੈ। ਅਸੀਂ ਅੱਜ ਗੱਲ ਕਰ ਰਹੇ ਹਾਂ ਇੰਡੀਅਨ ਜੁਡੀਸ਼ੀਅਲ ਸਿਸਟਮ ਦੀ, ਜਿੱਥੇ ਗਵਾਹਾਂ ਮੁਕਰਨ ਕਰਕੇ ਬਹੁਤ ਸਾਰੇ ਕੇਸ ਫੇਲ ਹੋ ਰਹੇ ਆ। ਅਗਲੀ ਕਾਲ ਲੈਣ ਤੋਂ ਪਹਿਲਾਂ ਮੈਂ ਕੱਲ੍ਹ ਦੇ ਮਸਲੇ ਬਾਰੇ ਦੱਸ ਦੇਵਾਂ, ਕੱਲ੍ਹ ਅਸੀਂ ਜਿਹੜੇ ਮਸਲੇ 'ਤੇ ਵਿਚਾਰ ਕਰਾਂਗੇ। ਦੇਖਿਆ ਗਿਆ ਵਾ ਕਿ ਸਰਕਾਰ ਦੇ, ਪੰਜਾਬ ਸਰਕਾਰ ਦੇ ਵਾਅਦਿਆਂ ਦੇ ਬਾਵਜੂਦ ਇੱਥੇ ਇਨਵੈਸਟਮੈਂਟ, ਪੂੰਜੀ ਨਿਵੇਸ਼ ਨਹੀਂ ਹੋ ਰਿਹਾ। ਇਨਫੈਕਟ ਜੋ ਪੂੰਜੀ ਨਿਵੇਸ਼ ਪਿਛਲੇ ਸਾਲਾਂ 'ਚ ਹੁੰਦਾ ਰਿਹਾ ਵਾ, ਉਸ ਤੋਂ ਵੀ ਘੱਟ ਪੂੰਜੀ ਨਿਵੇਸ਼ ਜਿਹੜੇ ਆ ਪਿਛਲੇ 1-2 ਸਾਲਾਂ ਦੇ ਵਿੱਚ ਹੋਇਆ ਵਾ। ਇਹਦੇ ਕੀ ਕਾਰਨ ਨੇ, ਪੰਜਾਬ ਦੇ ਵਿੱਚ ਇੰਡਸਟਰੀ ਕਿਉਂ ਫੇਲ ਹੋ ਰਹੀ ਆ, ਨਵੀਂ ਇੰਡਸਟਰੀ ਕਿਉਂ ਨਹੀਂ ਆ ਰਹੀ, ਬਾਹਰੋਂ ਲੋਕ ਜਿਹੜੇ ਐਨਆਰਆਈਜ਼ ਆ, ਬਾਹਰ ਵਾਸਤੇ ਪੰਜਾਬੀ ਆ, ਉਹ ਪੰਜਾਬ ਦੇ ਵਿੱਚ ਇਨਵੈਸਟ ਕਿਉਂ ਨਹੀਂ ਕਰਨਾ ਚਾਹੁੰਦੇ, ਇਹਦੇ ਕੀ ਕਾਰਨ ਨੇ, ਇਹ ਮਸਲਾ ਆਪਾਂ ਕੱਲ੍ਹ ਵਿਚਾਰਾਂਗੇ। ਹੁਣ ਮੈਂ ਅਗਲੇ ਸੱਜਣ ਜਿਹੜੇ ਆ, ਜਿਹੜੇ ਸਾਡੇ ਨਾਲ ਇਸ ਵੇਲੇ ਜੁੜੇ ਆ, ਉਹਨਾਂ ਦੀ ਗੱਲ ਸੁਣਨੀ ਚਾਹੁੰਦਾ। ਹੈਲੋ। ਹਾਂਜੀ ਕੰਵਰ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ ਸਾਹਿਬ, ਕੌਣ ਬੋਲ ਰਹੇ? ਅਵਤਾਰ ਸਿੰਘ ਚੀਨਾ ਡਲੇਨੋ, ਕੈਲੀਫੋਰਨੀਆ ਤੋਂ। ਹਾਂਜੀ ਹਾਂਜੀ ਅਵਤਾਰ ਸਿੰਘ ਜੀ, ਦੱਸੋ ਅੱਜ ਦੇ ਮਸਲੇ ਤੇ ਕੀ ਵਿਚਾਰ ਹੈ ਤੁਹਾਡਾ? ਹਾਂਜੀ ਭਾਈ ਸਾਹਿਬ, ਸਭ ਤੋਂ ਵੱਡੀ ਗੱਲ, ਜੱਸੀ ਕੇਬਲ ਆਪਰੇਟਰ ਦੀ ਸ਼੍ਰੀਮਤੀ ਨੂੰ ਕਿਸ ਬੰਦੇ ਨੇ ਤੇ ਕਿਵੇਂ ਤੇ ਕਿਉਂ ਮਜਬੂਰ ਕੀਤਾ ਕਿ ਉਹ ਮੁੱਕਰ ਜਾਵੇ, ਇਹਨਾਂ ਕਾਰਨਾਂ ਨੂੰ ਆਈਡੈਂਟੀਫਾਈ ਕਰਨ ਦੀ ਲੋੜ ਹੈ। ਮਿਹਰਬਾਨੀ। ਇਹ ਬੜਾ ਇੰਟਰਸਟਿੰਗ ਤੁਸੀਂ ਮਸਲਾ ਲੈ ਕੇ ਆਏ ਜੇ, ਵੀ ਹੁਣ ਤੱਕ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜਿਹੜਾ ਕੋਈ ਪਰਜਰੀ ਕਰਦਾ ਵਾ ਉਹਦੇ ਨੂੰ ਸਜ਼ਾ ਦਈਏ, ਜੇ ਪਰਜਰੀ ਕਰਨ ਵੇਲੇ ਤੇ ਇੱਕ ਡਿਫਰੈਂਟ ਤਰੀਕੇ ਦਾ ਨਵਾਂ ਕੇਸ ਰਜਿਸਟਰ ਹੋਵੇ, ਉਹਦੇ 'ਤੇ ਸਿਰਫ ਪਰਜਰੀ ਦਾ ਕੇਸ ਨਹੀਂ, ਉਹਦੇ 'ਤੇ ਧੋਖਾਧੜੀ ਦਾ ਜਾਂ ਹੋਰ ਵੀ ਕੋਈ ਕੇਸ
ਵੀ ਉਹਦੇ 'ਤੇ ਹੋਰ ਉਹਦੇ ਪਿੱਛੇ ਕੌਣ ਆ? ਜੇ ਕੋਈ ਇਹੋ ਜਿਹੀ ਕਾਨੂੰਨ ਦੇ ਵਿੱਚ ਸੋਧ ਕਰਕੇ ਜੇ ਹਾ ਸਿਸਟਮ ਲਿਆਂਦਾ ਜਾਵੇ ਤਾਂ ਇਹਦੇ ਨਾਲ ਬੜਾ ਫਰਕ ਪਊਗਾ। ਇਹ ਬਹੁਤ ਸਹੀ ਗੱਲ ਆ ਕਿ ਇੱਕ ਇਨਫੈਕਟ ਜਿਹੜੇ ਲੋਕਾਂ ਨੇ ਇਹ ਕੋਸ਼ਿਸ਼ ਕਰਕੇ ਉਹਨਾਂ ਨੂੰ ਚੁੱਪ ਕਰਾਇਆ ਵਾ, ਜੇ ਉਹ ਵੀ ਵਿੱਚ ਫਸ ਜਾਣ ਤਾਂ ਉਹਨਾਂ ਨੂੰ ਵੀ ਡਰ ਪੈ ਜੂਗਾ ਅੱਗੇ ਤੋਂ ਵੀ ਇਹ ਕੰਮ ਨਾ ਕਰੀਏ। ਅਵਤਾਰ ਜੀ, ਬਹੁਤ ਬਹੁਤ ਚੰਗਾ ਸਵਾਗਤ, ਬਹੁਤ ਚੰਗਾ ਸਵਾਗਤ ਤੁਹਾਡਾ। ਹੋਰ ਵੀ ਕੋਈ ਵਿਚਾਰ ਹੈ ਤੁਹਾਡਾ? ਨਹੀਂ ਨਹੀਂ ਕੰਵਰ ਸਾਹਿਬ, ਲਾਅ ਐਂਡ ਆਰਡਰ ਤਾਂ ਸਿਰਫ ਤੇ ਸਿਰਫ ਪੋਲੀਟੀਕਲ ਬੰਦਿਆਂ ਨੂੰ ਪ੍ਰੋਟੈਕਟ ਕਰਦਾ ਉੱਥੇ। ਜੀ ਜੀ ਜੀ, ਅਫਸੋਸ ਦੀ ਗੱਲ ਹੈ। ਇਨਫੈਕਟ ਰੂਲ ਆਫ ਲਾਅ ਜਿਹੜਾ ਵਾ ਸਾਰਿਆਂ ਵਾਸਤੇ ਹੋਣਾ ਚਾਹੀਦਾ, ਸਾਡਾ ਸੰਵਿਧਾਨ ਸਾਰਿਆਂ ਨੂੰ ਬਰਾਬਰੀ ਦਿੰਦਾ ਵਾ, ਔਰ ਬੜੀ ਅਫਸੋਸ ਦੀ ਗੱਲ ਹੈ ਕਿ ਇਹੋ ਜਿਹੀ ਗੱਲ ਇੱਕ ਬਾਹਰ ਵਾਸਤੇ ਸਾਡੇ ਪੰਜਾਬੀ ਜਿਹੜੇ ਆ ਉਹ ਫੀਲ ਕਰ ਰਹੇ ਆ। ਇਹਦਾ ਮਤਲਬ ਆ ਕਿ ਬਾਹਰ ਇਹੋ ਜਿਹੀ ਪਰਸੈਪਸ਼ਨ ਹੈ ਸਾਡੇ ਪੰਜਾਬ ਬਾਰੇ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਨਜ਼ਰੀਆ ਵਾ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪਾਲ ਬੋਲਦਾ ਜੀ, ਕੈਲਗਰੀ ਕੈਨੇਡਾ ਤੋਂ ਜੀ। ਹਾਂਜੀ ਹਾਂਜੀ ਪਾਲ ਜੀ। ਹਾਂਜੀ ਭਾਈ, ਮੈਂ ਕਹਿੰਦਾ ਜਿਹੜਾ ਆਪਣਾ ਜੁਡੀਸ਼ੀਅਲ ਸਿਸਟਮ ਹੈਗਾ ਰਾਈਟ, ਉਹ ਬਾਹਰਲੀਆਂ ਪਾਵਰਾਂ ਜਾਂ ਆਪਣੇ ਮੀਡੀਆ ਜਾਂ ਐਨ ਜੀ ਓ ਜਾਂ ਪੋਲੀਟੀਕਲ ਪ੍ਰੈਸ਼ਰ ਦੇ ਅੰਡਰ ਬਹੁਤ ਕੰਮ ਕਰਦਾ ਜੀ। ਓਕੇ, ਇਹਦੇ ਬਾਰੇ ਮੇਰੇ ਖਿਆਲ ਜਿੱਦਾਂ ਆਪਣੇ ਕਿਤੇ ਖਾਪ ਦੇ ਮਗਰ ਪੈ ਜਾਂਦੇ ਆ, ਕਿਤੇ ਰਿਲੀਜੀਅਸ ਆਰਗੇਨਾਈਜੇਸ਼ਨ ਦੇ ਮਗਰ ਪੈ ਜਾਂਦੇ ਆ ਜੀ। ਹੁਣ ਜਦੋਂ ਆਪਣੇ ਨਿਸ਼ਾਨ ਜਾਂ ਸਰੂਤੀ ਸਿਚੁਏਸ਼ਨ ਸੀਗੀ, ਹੁਣ ਉੱਥੇ ਆਪਣੇ ਐਫ ਜੀ ਡੀ ਹੁੰਦੀਆਂ ਰਾਈਟ, ਕਿਉਂਕਿ ਉਹ ਕਿਸੇ ਪੋਲੀਟੀਕਲ ਕਿਸੇ ਪਾਰਟੀ ਨਾਲ ਕਨੈਕਟਡ ਸੀਗੇ, ਵੀ ਉਹਨਾਂ ਮਗਰ ਉਹ ਜ਼ਿਆਦਾ ਪੈ ਗਏ ਰਾਈਟ। ਜਿੱਦਾਂ ਆਪਣੇ ਤੁਹਾਡਾ ਮਤਲਬ ਹੈ ਵੀ ਜਿਹੜੀਆਂ ਟ੍ਰੈਡੀਸ਼ਨਲ ਆਰਗੇਨਾਈਜੇਸ਼ਨਸ ਆ ਉਹਨਾਂ ਦੇ ਮਗਰ ਪੈਣ ਦੀ ਲੋੜ ਨਹੀਂ ਹੈਗੀ, ਇਨਫੈਕਟ ਇਹਦੇ ਕਰਕੇ ਸ਼ਾਇਦ ਇਹ ਸਿਸਟਮ ਦੇ ਵਿੱਚ ਬਿਹਤਰੀ ਨਹੀਂ ਹੈ। ਧੰਨਵਾਦ, ਇੱਕ ਹੋਰ ਸੱਜਣ ਨੇ, ਉਹਨਾਂ ਦੀ ਗੱਲ ਸੁਣ ਕੇ ਸਾਨੂੰ ਫਿਰ ਪ੍ਰੋਗਰਾਮ ਦੀ ਸਮਾਪਤੀ ਕਰਨੀ ਪਊਗੀ। ਹੈਲੋ, ਹਾਂਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਰਵਿੰਦਰ ਅੰਟਾਰੀਓ ਤੋਂ ਬੋਲਦਾ ਜੀ। ਹਾਂਜੀ ਰਵਿੰਦਰ ਜੀ, ਸਵਾਗਤ ਹੈ। ਬਹੁਤ ਸੋਹਣੀਆਂ ਗੱਲਾਂ ਹੋਈਆਂ। ਮੈਂ ਇੱਕ ਹੋਰ ਪੱਖ ਰੱਖਣਾ ਚਾਹੁੰਦਾ ਜੀ। ਜੀ, ਉਹ ਇਹ ਹੈ ਜੀ ਵੀ ਜੇ ਪੁਲਿਸ ਵਾਲੇ ਝੂਠਾ ਕੇਸ ਬਣਾ ਦਿੰਦਾ ਜੀ ਕਿਸੇ ਤੇ, ਜੀ, ਤੇ ਉਹ ਕੇਸ ਚੱਲਦਾ ਜੀ 2-3-4-5 ਸਾਲ ਚੱਲਦਾ ਜੀ, ਰਾਈਟ, ਉਹ ਬੰਦਾ ਤਾਂ ਸਫ਼ਰ ਕਰਦਾ ਜੀ, ਫਿਜ਼ੀਕਲੀ ਟੋਰਚਰ ਹੁੰਦਾ, ਮੈਂਟਲੀ ਹੁੰਦਾ, ਪੈਸੇ ਵੀ ਲੱਗਦੇ ਆ, ਲੇਕਿਨ ਜਦੋਂ ਉਹ ਪ੍ਰੂਵ ਹੋ ਜਾਂਦਾ ਵੀ ਕੇਸ ਝੂਠਾ ਹੈ ਜੀ, ਉਹਦੇ ਬਾਅਦ ਪੁਲਿਸ ਨੂੰ ਸਿਰਫ ਵਾਰਨਿੰਗ ਦੇ ਕੇ ਛੱਡ ਦਿੱਤਾ ਜਾਂਦਾ। ਇਹ ਇੱਕ ਬਹੁਤ ਬੜੀ ਲੈਕ ਆਫ ਜਸਟਿਸ ਹੈ ਸਾਡੇ ਕੰਟਰੀ 'ਚ। ਬਿਲਕੁਲ, ਇਹ ਤੁਸੀਂ ਨਵਾਂ ਪਹਿਲੂ ਲੈ ਕੇ ਆਏ ਜੇ ਕਿ ਆਪਾਂ ਕੇਸ ਜਿਹੜੇ ਆ, ਸਹੀ ਕੇਸ ਜਦੋਂ ਫੇਲ ਹੁੰਦੇ ਆ ਉਹ ਇੱਕ ਪਹਿਲੂ ਆ, ਦੂਜਾ ਪਹਿਲੂ ਇਹ ਵੀ ਆ ਵੀ ਜਦੋਂ ਲੋਕਾਂ ਦੇ ਖਿਲਾਫ਼ ਝੂਠਾ ਕੇਸ ਦਰਜ ਹੋ ਜਾਂਦਾ ਵਾ। ਮੈਨੂੰ ਯਾਦ ਆ ਤੁਹਾਡੇ NRI ਇੱਕ ਕੈਨੇਡਾ ਤੋਂ ਸੱਜਣ ਆਏ ਸਨ, ਟੋਰੋਂਟੋ ਗੋਲਫ ਏਰੀਏ ਤੋਂ, ਪਰਮਜੋਤ, ਆਮ ਆਦਮੀ ਪਾਰਟੀ ਦੇ ਵਰਕਰ ਵੀ ਸੀ। ਮੈਨੂੰ ਯਾਦ ਆ ਉਹਨਾਂ 'ਤੇ ਇੱਕ ਝੂਠਾ ਕੇਸ ਦਰਜ ਹੋ ਗਿਆ, ਉਹ ਤੋਂ ਬਾਅਦ ਕੋਰਟ ਨੇ ਉਹਨਾਂ ਨੂੰ ਬਰੀ ਕਰਤਾ, ਲੇਕਿਨ ਪੁਲਿਸ ਜਿਹੜੀ ਝੂਠੇ ਕੇਸ ਦਰਜ ਕਰਵਾਉਣ ਵਾਲੇ ਦੀ ਮਦਦ ਕਰ ਰਹੀ ਸੀ ਉਹਨਾਂ ਨੂੰ ਸ਼ਾਇਦ ਵਾਰਨਿੰਗ ਵੀ ਪਤਾ ਨਹੀਂ ਦਿੱਤੀ ਕਿ ਨਹੀਂ ਦਿੱਤੀ। ਸੋ ਇਹ ਬਹੁਤ ਚੰਗਾ ਸੁਝਾਅ ਹੈ ਤੁਹਾਡਾ, ਇਹਦੇ ਵੱਲ ਵੀ ਸਾਨੂੰ ਇਹਦੇ 'ਤੇ ਵੀ ਗੌਲ ਕਰਨ ਦੀ ਲੋੜ ਹੈ, ਕਿਉਂਕਿ ਹੁਣ ਸਮਾਂ ਖਤਮ ਹੋ ਰਿਹਾ, ਅੱਜ ਇੰਨਾ ਹੀ, ਹੁਣ ਆਪਾਂ ਕੱਲ੍ਹ ਮਿਲਾਂਗੇ। ਮੈਨੂੰ ਦਿਓ ਇਜਾਜ਼ਤ, ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।